ਜਿਹੜਾ ਨਾ ਉਹ ਸਾਹਮਣੇ ਟਾਪੂ ਦਿਖ ਰਿਹਾ ਉਹ ਹੈਗਾ ਅਸਲ 'ਚ ਕਾਲੇ ਪਾਣੀ ਵਾਲਾ ਟਾਪੂ। ਅੰਗਰੇਜ਼ਾਂ ਨੇ ਉੱਥੇ ਜੱਟ ਜਿਉਣੇ ਮੌੜ ਦੇ ਭਰਾ ਨੂੰ ਵੀ ਕੈਦ ਕੀਤਾ ਸੀਗਾ। ਅਸੀਂ ਅੱਜ ਉਹ ਟਾਪੂ 'ਤੇ ਜਾ ਰਹੇ ਹਾਂ। ਟਾਪੂ ਹੈ ਇਹਨੂੰ ਅਸਲ 'ਚ ਕਾਲਾ ਪਾਣੀ ਕਹਿੰਦੇ ਸੀ ਕਿਉਂਕਿ ਇੱਥੋਂ ਬਾਹਰ ਜਾਣ ਨੂੰ ਕਿਤੇ ਰਸਤਾ ਹੈ ਨਹੀਂ ਸੀਗਾ ਅਤੇ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਚਾਰੇ ਪਾਸੇ ਸਮੁੰਦਰ ਹੀ ਸਮੁੰਦਰ ਹੈ। ਅੰਗਰੇਜ਼ਾਂ ਦੇ ਸਮੇਂ ਇਹ ਇਮਾਰਤ ਇੱਕ ਕਲੱਬ ਹੋਇਆ ਕਰਦੀ ਸੀ ਅਤੇ ਆਪ ਉਹ ਇੱਥੇ ਸ਼ਰਾਬਾਂ ਪੀਂਦੇ ਸੀਗੇ ਅਤੇ ਜਿਹੜੇ ਭਾਰਤੀ ਕੈਦੀ ਸੀਗੇ ਉਹਨਾਂ ਲਈ ਇਹ ਮੌਤ ਦੇ ਮੂੰਹ ਤੋਂ ਘੱਟ ਨਹੀਂ ਸੀਗੇ ਇਹ ਸਜ਼ਾ। ਅਸੀਂ ਪਹੁੰਚ ਗਏ ਹਾਂ ਦੂਸਰੇ ਪਾਸੇ ਟਾਪੂ ਦੇ ਅਤੇ ਕਾਲੇ ਪਾਣੀ ਦੀ ਜਿਹੜੀ ਜੇਲ੍ਹ ਆ ਉਹ ਸਾਹਮਣੇ ਵਾਲੇ ਪਾਸੇ ਰਹਿ ਗਈ। 100-150 ਸਾਲ ਪੁਰਾਣੀਆਂ ਗੱਲਾਂ ਨੇ, 150 ਸਾਲ 'ਚ ਦੇਖ ਲਓ ਕੁਦਰਤ ਨੇ ਇਹ ਸਾਰੀ ਚੀਜ਼ ਨੂੰ ਇੰਨਾ ਬਰਬਾਦ ਕਰਤਾ, ਤਾਂ ਹੀ ਕਹਿੰਦੇ ਸਮਾਂ ਬਹੁਤ ਬਲਵਾਨ ਹੁੰਦਾ ਹੈਗਾ। ਕਾਲੇ ਪਾਣੀ ਦੀ ਜੇਲ੍ਹ ਬਣਨ ਤੋਂ ਪਹਿਲਾਂ ਜਿਹੜਾ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਉਹ ਟਾਪੂ 'ਤੇ ਰੱਖਿਆ ਜਾਂਦਾ ਸੀਗਾ ਅਤੇ ਪੂਰਾ ਚਾਰੇ ਪਾਸੇ ਇਹਦੇ ਸਮੁੰਦਰ ਸੀ। ਅਸਲ 'ਚ ਇਹ ਕਾਲਾ ਪਾਣੀ ਸੀਗਾ ਅਤੇ ਇਹ ਸਮੁੰਦਰ 'ਚ ਜਾਇਆ ਜਾਂਦਾ ਬੋਟ ਦੇ ਰਾਹੀਂ। ਉਹ ਉੱਥੋਂ ਅਸੀਂ ਹੁਣ ਕਿਸ਼ਤੀ ਜਾਂ ਮਤਲਬ ਬੋਟ ਲਵਾਂਗੇ ਅਤੇ ਉੱਥੋਂ ਫਿਰ ਉਹ ਆਈਲੈਂਡ 'ਤੇ ਪਹੁੰਚਾਂਗੇ ਅਤੇ ਫਿਰ ਬਾਅਦ ਦੇ ਵਿੱਚ ਉਹ ਟਾਪੂ ਅੰਗਰੇਜ਼ਾਂ ਦਾ ਹੈੱਡਕੁਆਟਰ ਵੀ ਰਿਹਾ ਅਤੇ ਅੰਗਰੇਜ਼ਾਂ ਨੇ ਬਹੁਤ ਸਾਰੇ ਆਪਣੇ ਘਰ ਜਾਂ ਸਰਕਾਰੀ ਇਮਾਰਤਾਂ ਸੀ ਜਿਹੜੀਆਂ ਉਹ ਟਾਪੂ 'ਤੇ ਬਣਾਈਆਂ ਹੋਈਆਂ ਸੀ। ਹੁਣ ਉਹ ਟਾਪੂ ਕਿਹੋ ਜਾਏਗਾ ਅਤੇ ਕਿੱਥੇ ਕੈਦ ਕੀਤਾ ਜਾਂਦਾ ਸੀ, ਕਿੱਥੇ ਫਾਂਸੀ ਦਿੱਤੀ ਜਾਂਦੀ ਸੀ, ਉਹ ਸਾਰਾ ਕੁਝ ਤੁਹਾਨੂੰ ਅੱਜ ਦੇ ਵਲੌਗ 'ਚ ਅਸੀਂ ਦਿਖਾਵਾਂਗੇ ਇਸ ਦੇ ਵਿੱਚ। ਅਤੇ ਹੁਣ ਆਪਾਂ ਪਹਿਲਾਂ ਬੋਟ ਲੈਂਦੇ ਹਾਂ, ਬੋਟ ਦੀ ਕਿੰਨੀ ਟਿਕਟ ਹੈ, ਕਿਵੇਂ ਜਾਇਆ ਜਾਂਦਾ ਉਹ ਵੀ ਤੁਸੀਂ ਸਾਰਾ ਕੁਝ ਇਸ ਵਲੌਗ ਦੇ ਰਾਹੀਂ ਦੇਖ ਲਓਗੇ। ਸੈਲੂਲਰ ਜੇਲ੍ਹ ਦੇ ਕੋਲ ਹੀ ਇਹ ਇੱਕ ਪਾਰਕ ਬਣਿਆ ਹੋਇਆ, ਰਾਜੀਵ ਗਾਂਧੀ ਵਾਟਰ ਪਾਰਕ ਜਾਂ ਇਹਨੂੰ ਮਰੀਨਾ ਵੀ ਕਹਿੰਦੇ ਆ। ਅਤੇ ਇੱਥੋਂ ਟਿਕਟ ਮਿਲਦੀ ਹੈ ਇਸ ਟਾਪੂ 'ਤੇ ਜਾਣ ਲਈ। ਇੱਥੇ ਬਹੁਤ ਸਾਰੀ ਲੰਬੀ ਇੱਕ ਲਾਈਨ ਲੱਗੀ ਹੋਈ ਹੈ ਟਾਪੂ 'ਤੇ, ਮਤਲਬ ਉਹ ਆਈਲੈਂਡ 'ਤੇ ਜਾਣ ਲਈ। ਅਤੇ ਪਹਿਲਾਂ ਹੀ ਟਿਕਟਾਂ ਬੁੱਕ ਕਰ ਲਈਆਂ ਜਾਣ ਜ਼ਿਆਦਾ ਵਧੀਆ, ਬਾਕੀ ਦੇਖਦੇ ਹਾਂ। ਰੌਸ ਆਈਲੈਂਡ ਟਿਕਟ ਲੈ ਲਈ, ਰੌਸ ਆਈਲੈਂਡ ਅਤੇ ਨੌਰਥ ਬੇ ਆਈਲੈਂਡ। ਨੌਰਥ ਬੇ ਆਈਲੈਂਡ ਉਹ ਹੈ ਜਿਹੜਾ 20 ਦੇ ਨੋਟ 'ਤੇ ਫੋਟੋ ਛੱਪੀ ਹੁੰਦੀ ਹੈ, ਜਿਹਦੀ ਜੇ ਦੋਵਾਂ 'ਤੇ ਜਾਣਾ ਉਹਦੀ 900 ਰੁਪਏ ਸਮਥਿੰਗ ਟਿਕਟ ਹੈ। ਜਿਹੜਾ ਇਕੱਲਾ ਇਹ ਟਾਪੂ ਸੀਗਾ ਜਿੱਥੇ ਪਹਿਲਾਂ ਜੇਲ੍ਹ ਹੁੰਦੀ ਸੀਗੀ, ਇਹਦੀ ਟਿਕਟ ਹੈ ਸਿਰਫ 350 ਰੁਪਏ ਅਤੇ 370 ਰੁਪਏ ਹੈ। ਅਤੇ ਹੁਣ ਅਸੀਂ ਦੋ ਟਿਕਟਾਂ ਲੈ ਲਈਆਂ ਅਤੇ ਹੁਣ ਆਪਾਂ ਚੱਲੇ ਹਾਂ ਬੋਟ ਜੈਟੀ ਦੇ ਕੋਲ। ਉੱਥੇ ਅੰਦਰ ਕੈਫੇਟੀਰੀਆ ਬਣਿਆ ਹੋਇਆ ਹੈਗਾ ਅਤੇ ਉੱਥੇ ਬਹਿਣਾ ਪੈਣਾ, ਕਿਉਂਕਿ ਇੱਕ ਨਾ ਮੈਂ ਤੁਹਾਨੂੰ ਹੋਰ ਇੱਥੇ ਅਪਡੇਟ ਕਰਦਾ, ਜਦੋਂ ਵੀ ਤੁਸੀਂ ਆਓਗੇ ਇੱਥੇ ਪਹਿਲਾਂ ਇੱਕ ਦਿਨ ਪਹਿਲਾਂ ਜਾਂਦਾ ਟਿਕਟ ਬੁੱਕ ਕਰ ਲਿਓ, ਟਾਈਮ ਲੈ ਲਿਓ। ਹੁਣ ਸਾਨੂੰ 1 ਘੰਟੇ ਦਾ ਵੇਟ ਕਿਹਾ ਇਹਨਾਂ ਨੇ, ਮਤਲਬ ਟਾਈਮਿੰਗ ਰੱਖੀ ਹੋਈ ਹੈ ਇਹਨਾਂ ਨੇ ਬੋਟਸ ਦੀ, ਐਂ ਨਹੀਂ ਵੀ ਜਦੋਂ ਵੀ ਤੁਸੀਂ ਆਓ ਟਿਕਟ ਲੈ ਕੇ ਜਾ ਸਕਦੇ ਹੋ, ਤੁਸੀਂ ਕਿਤੇ ਵੀ ਜਾ ਸਕਦੇ ਹੋ ਉਹਨਾਂ ਨੇ ਕਿਹਾ। ਅਤੇ ਅਸੀਂ ਆਖਿਆ ਸੀਗਾ ਵੀ 1 ਘੰਟਾ ਅਸੀਂ ਕਿਤੇ ਹੋਰ ਘੁੰਮੇ ਆਉਂਦੇ ਹਾਂ, ਉਹ ਕਹਿੰਦੇ ਇੱਥੇ ਹੀ ਵੇਟ ਕਰਨਾ ਪੈਣਾ 1 ਘੰਟਾ, ਤੁਹਾਨੂੰ ਬਾਹਰ ਨਹੀਂ ਜਾ ਸਕਦੇ। ਮਰੀਨਾ ਬੇ ਦੇ ਕੋਲ ਹੀ ਨੇ ਇਹੋ ਜਿਹਾ ਪਾਰਕ ਬਣਿਆ ਹੋਇਆ ਇੱਕ, ਅਤੇ ਇੱਥੇ ਸਾਨੂੰ ਇੰਤਜ਼ਾਰ ਕਰਨ ਨੂੰ ਕਿਹਾ ਇਹਨਾਂ ਨੇ। ਅਤੇ ਇੱਧਰਲੇ ਪਾਸੇ ਵੈਸੇ ਕੈਫੇਟੀਰੀਆ ਵੀ ਬਣਿਆ ਹੋਇਆ ਜੇ ਤੁਸੀਂ ਕੁਛ ਖਾਣਾ ਪੀਣਾ। 1 ਘੰਟਾ ਯਾਰ ਬੈਠਣਾ ਬਹੁਤ ਮੁਸ਼ਕਲ ਹੋ ਜਾਊਗਾ। ਇਹਦੀ ਟਿਕਟ ਨਾ 1 ਦਿਨ ਪਹਿਲਾਂ ਕਰ ਲਓ ਜ਼ਿਆਦਾ ਵਧੀਆ, ਕਿਉਂਕਿ ਸਾਨੂੰ 1.5 ਘੰਟਾ ਹੋ ਗਿਆ ਇੱਥੇ ਖੜਿਆਂ ਨੂੰ ਅਤੇ 1 ਘੰਟਾ ਇਹਨਾਂ ਨੇ ਵੇਟ ਕਰਨ ਨੂੰ ਕਿਹਾ ਸੀ। ਹੁਣ ਵੀ 10 ਮਿੰਟ ਕਰਕੇ ਬਸ ਟਾਲੇ ਵੱਟੀ ਜਾਂਦੇ ਹੈਗੇ ਅਤੇ ਅਜੇ ਪਤਾ ਨਹੀਂ ਕਦੋਂ ਕੁ ਵਾਰੀ ਆਊਗੀ। ਅਤੇ ਉੱਥੇ ਜ਼ਿਆਦਾ ਟਾਈਮ ਰੁਕਣ ਵੀ ਨਹੀਂ ਦਿੰਦੇ, ਜਿਹੜਾ ਉੱਥੇ ਆਈਲੈਂਡ 'ਤੇ ਸਟੇ ਆ ਉਹ ਸਿਰਫ 45 ਮਿੰਟ ਦਾ। ਇੱਧਰਲੇ ਪਾਸਿਓਂ ਨਾ ਬਹੁਤ ਸਾਰਾ ਬੱਦਲ ਵੀ ਚੜਿਆ ਆ ਰਿਹਾ, ਇੱਥੇ ਮੌਸਮ ਦਾ ਕੋਈ ਭਰੋਸਾ ਨਹੀਂ ਹੁੰਦਾ ਕਦੋਂ ਬਾਰਿਸ਼ ਹੋ ਜੇ। ਅਤੇ ਹੁਣ ਮੈਨੂੰ ਇਹ ਲੱਗ ਰਿਹਾ ਕਿਤੇ ਇੱਕ ਤਾਂ ਹੈ ਜੰਗਲੀ ਟਾਪੂ ਆ, ਉੱਤੋਂ ਉੱਥੇ ਮੀਂਹ ਆ ਗਿਆ, ਥੋੜ੍ਹਾ ਜਿਹਾ ਮੁਸ਼ਕਲ ਹੋ ਜੂਗਾ ਕੰਮ, ਬਾਕੀ ਦੇਖਦੇ ਹਾਂ। ਟਾਈਮ ਹੋਇਆ ਬਈ 11:34, 10 ਵਜੇ ਅਸੀਂ ਇੱਥੇ ਆ ਗਏ ਸੀਗੇ, 1.5-2 ਘੰਟੇ ਦੇਖ ਲਓ ਤੁਸੀਂ, 10 ਵਜੇ ਤੋਂ ਥੋੜ੍ਹਾ ਜਿਹਾ ਪਹਿਲਾਂ ਅਸੀਂ 1.5-2 ਘੰਟੇ ਦਾ ਇੰਤਜ਼ਾਰ ਕਰਨਾ ਪਿਆ। ਲਓ ਵੀ ਫਾਈਨਲੀ ਵਾਰੀ ਆ ਗਈ ਅਤੇ ਸਭ ਤੋਂ ਪਹਿਲਾਂ ਜੈਕਟਾਂ ਪਵਾਈਆਂ ਜਾਣਗੀਆਂ। ਕੈਸੇ ਡਾਲਤੇ ਐਸੇ, ਅੱਛਾ ਐਸਾ ਡਲੇਗਾ ਕਿਆ, ਕਸੇਗਾ ਕਿਸੇ, ਹਮ ਕਹੀਂ ਔਰ ਗੂਮ ਆਤੇ ਇਤਨੇ ਟਾਈਮ ਮੇਂ ਯਾਰ, 1.5-2 ਘੰਟੇ ਆਪਣੇ ਖਰਾਬ ਕਰ ਦੀਏ। ਹੈ ਕੌਨ ਸਾ ਬੋਟ ਹੈ ਬਈ ਹਮਾਰਾ, ਰੌਕ ਐਂਡ ਰੋਲ, ਅੱਛਾ ਇਧਰ ਵਾਲਾ, ਅੱਛਾ ਆਹ ਬੋਟ ਵੀ ਵਧੀਆ ਸੀ ਵੈਸੇ, ਆਹ ਬੋਟ ਮਿਲੀ ਹੈ ਸਾਨੂੰ। ਵੈਸੇ ਹੁਣ ਤਾਂ ਬੱਦਲ ਵੀ ਹੋਇਆ ਪਿਆ ਹੈਗਾ, ਧੁੱਪ ਚਲੀ ਗਈ, ਇੱਥੇ ਨਾ ਧੁੱਪ ਬਹੁਤ ਤਿੱਖੀ ਪੈਂਦੀ ਹੈ ਯਾਰ। ਅਤੇ ਖੁਸ਼ੀ ਅੱਗੇ ਬਹਿ ਜਾਓ ਥੋੜ੍ਹਾ ਜਿਹਾ, ਪਹੁੰਚ ਗਏ 4 ਜਣੇ ਅਸੀਂ ਪਹੁੰਚ ਗਏ, ਟੋਟਲ 10 ਜਣੇ ਜਾਂਦੇ ਇੱਕ ਬੋਟ ਦੇ ਵਿੱਚ। ਜਿਹੜੀ ਸਾਡੀ ਇਹ ਕਿਸ਼ਤੀ ਇਹਦਾ ਨਾਮ ਹੈਗਾ ਰੌਕ ਐਂਡ ਰੋਲ, ਅਤੇ ਇੱਥੇ ਪੁਲਿਸ ਕੰਟਰੋਲ ਰੂਮ ਸਾਰਾ ਕੁਛ ਹੈ, ਇੱਥੇ ਡਿਟੇਲਸ ਦਿੱਤੀਆਂ ਹੋਈਆਂ ਹੈਗੀਆਂ। ਅਤੇ ਫਾਈਨਲੀ ਇਹ ਬਾਈ ਇੱਕੋ ਹੀ ਹੈ ਚਲਾਉਣ ਨਾਲ ਅਤੇ ਚਲਾਉਣ ਲੱਗਿਆ ਹੈਗਾ, ਅਤੇ ਨਿੱਕੀ ਜਿਹੀ ਕਿਸ਼ਤੀ ਹੈ ਜਾਂ ਸਪੀਡ ਬੋਟ ਹੈ ਮੇਰੇ ਖਿਆਲ 'ਚ, ਇਹਨੂੰ ਸਪੀਡ ਬੋਟ ਕਹਿ ਸਕਦੇ। ਉਹ ਸਾਹਮਣੇ ਵਾਲੇ ਪਾਸੇ ਰਹਿ ਗਿਆ ਆਈਲੈਂਡ, 10 ਮਿੰਟ ਵੀ ਨਹੀਂ ਮੇਰੇ ਖਿਆਲ, 5 ਮਿੰਟ ਲੱਗਣੇ, 5 ਮਿੰਟਾਂ 'ਚ ਪਹੁੰਚਾ ਦੇਣਾ ਇਹਨੇ।
समुंदर अगे आ गए थोड़ा जा डूंगा हो गया मैं लगता क्योंकि लहरां दस दिंदियां ने भी समुंदर किन्ना क डूंगा होगा। ये आ गया काले पानी का टापू जिथे बंदा भज ही नहीं सकता सी किसे थ पासे। समुंदर दियां लहरां बहुत ज़्यादा तेज हो गई ते किश्ती का जोर लगता दस रहे हैं भी किन्ना क समुंदर इतने डूंगा तो लहरां किड्डियां क वड्डियां है। इधरले पासे थोनों सामने देख रहा है गा। ए आगा नॉर्थ बे आईलैंड जी मैं थोनों पहला गल की सी वी दे नोट से छपी हुई है जी फोटो। तो इधरले पासे पिछले पासे पोर्ट ब्लेयर रह गया सारा जड़ा मतलब सारा मेनलैंड हैगी अंडेमान की तो वह इधर है। तो बाकी हूँ इतू बाद जोड़े आने वाले ब्लॉग हो पाई कल कल टापू पर जावे तो जिमें इधरले पासे इतने तो हूँ जा रही हाँ हौली आने वाले जोड़े पाँच चार दिन बाद टापू पर भी जाना है। जो इतों 60 किलोमीटर एक टापू है मैंने अखा ना तो दिख रहा वैसे थोनों ही दिख रहा होना उत्थे जावे। कुछ इंस्ट्रक्शन मिल रही हैं हूँ सिर्फ कहते एक घंटे का टाइम है जिड़ी कि बोट चुकी जाने उस बोट च वापस आना पैदा तो साड़ी बोट हूँ ये आईलैंड पहुँच गई तो असी उतरना है हूँ। यदा नाम है NSCV द्वीप है इतने लिखे हुआ है। तो पहला जिन्ना यह आईलैंड से पहला नेवी के अंडर हों हूँ यह मतलब जोड़ा अंडेमान गवर्नमेंट है तो उन्होंने मतलब प्रशासन के अंडर हमने दिता इन्होंने। हूँ असं पहुँच गए दूसरे पासे टापू के तो काले पानी की जी जेल है वो सामने वाले पासे रह गई तो उतरन लगे हाँ। हाँ जी थैंक यू ओके हाँ जी एक घंटे में आ जाएंगे कोई इशू नहीं है। रॉक एंड रोल ज़्यादा मुझे भीड़ काफ़ी है काफ़ी लोग आए हुए हैं। ये टापू के पहुँच दी सब तो पहला जो आता है वह आता जापानी बंकर क्योंकि जोड़ा अंडेमान निकोबार है वह जापान के अंडर भी रहेगा जो सैकेंड वर्ल्ड वॉर लगी सी तो जापान आए बर सिंगापुर तो चल के बर्मा तक आ गए थे तो अंड इस टापू तो आईलैंड भी आ गए थे तो इतने उन्होंने बनाया सी अपना बंकर वगैरह बनाए से अंदर ये शायद जा सकते हैं जापानी बंकर है। ये आईलैंड कोई बहुता व्डा लंबा नहीं है 1.5 किलोमीटर सिर्फ चढ़ाई है जी तो लंबाई किलोमीटर की लंबाई है मतलब छोटा ही है जो तुम घूमना ता करके इतने एक घंटे का टाइम ही देंगे नहीं कई बार लोग यह होंगे भी वापस ही नहीं आते सारा सारा दिन बैठे रहेंगे फिर बोट आने लिए प्रॉब्लम हो जाती है। सामने आँदी ये आईलैंड का मैप भी लग्या हुआ तो ये अज भी कुछ रिस्ट्रिक्टड एरिया हैगा तो इतने लिखा हुआ येलो रिस्ट्रिक्टड एरिया इस एरिए आप नहीं जाना इन्नी एरिए टापू के तो बाकी चीज़ा कितने जिते जेल आप मेन फोकस करना जिते कैदियों रखा जाता सी कैद आप चीज़ देखनी है। एक घंटे च पैदल सारा तुर के घूमना मुश्किल लगे सानू इस करके ये तुसी लै सकते हो जो जहाँ एयरपोर्ट पर चलदी होंगे ने कारा जी तो ये असी 80 रुपए एक जने के चार्ज किए हैं 80 है खुशी 160 देते हैं ना। जिहड़ा ये टापू है ना ये जानवर भी छड़े हुए सरकार वालों तो तुहानू दिखाउणा वैसे जंगल च जदों आपां जांदे आ जिहड़े हिरन हुंदे आ उह इन्ने भजदे आ जां इन्ने चलाक हुंदे आगे तो हथ नहीं आते शेर के हथ नहीं आते अपने कितों आने इतने ह्यूमन फ्रेंडली होए हुए बिल्कुल ही तो ये कुछ नहीं कहते देखो ए सामने बैठे रहेंगे हत्थों चो चक चक खाना भी खा लेंगे जो तुम कुछ पाओगे इन्हों दाना पानी क्योंकि लोग इतने टापू तो आते रहेंगे ता करके इन्हों जी आदत पैगी इन्हों कोई वक्रा नहीं लगता कि पता नहीं कौन आया कई बार नहीं जंगल च डर जाते हैं फोटो खिंचनी हाँ पता नहीं मेल है कि फीमेल आई डन सामने जी हिस्ट्री लगी ने ये भी लिखा हुआ आ तो अर्थक्वेक का लगे कि ये ढह गया से आ वर्ल्ड वार टू च जापानी ऑक्यूपाइजेशन तो जापान ने इतने कब्जा किया टापू पर 1945 के नेड़े तेड़े बमबारी भी की हैगी तो एक दो शायद बंब कुछ सीटे होने है ना तो उदू बाद 1943 तो शायद इतने पहला झंडा लहराता सगा इस टापू के कोल क्योंकि जदों आजाद हिंद फौज सी जी इंडिया मतलब सुभाष चंद्र बोस जी ने बनाई सी तो उन्होंने सब तो पहला इधरों शुरुआत की इंडिया आजाद कराने की सब तो पहला ही अंडेमान निकोबार आजाद होया सी अपना देश 1947 आजाद होंगे तो टापू 1943 आजाद हो गया सी। जेड़े आईलैंड दे थोनों शुरू च हिरन दिखाए सी ना ये देख लो इन्ने हिरन इत्थे जेड़े रखे हुए है तो पूरे ह्यूमन फ्रेंडली है ये तो इन्हों फीड दिती है इत्थे तां करके सारे इकट्ठे हुए है तो इन्हों इत्थे सांभ संभाल सरकार करदी इन्हां दी ये देखो एड्डी वड्डी लाइन आ खुशी मैं शेयरिंग गया से वैसे तू परसनली ले लिया पैसे ज़्यादा नहीं अडाउन लग गई तू लैट्स गो बाई जान चलो और सर ये जो व्हाइट बिल्डिंग देख रहे हैं ना सर ये सर ब्रिटिश टाइम का बेकरी था अभी इसको लाइट एंड साउंड से यूज करता है सो होता है शाम को 5:45 को।
ਇਹ ਆਈਲੈਂਡ ਤੇ ਲਿਆ ਕੇ ਛੱਡ ਦਿੰਦੇ ਸੀਗੇ ਜਦੋਂ ਜੇਲ੍ਹ ਨਹੀਂ ਬਣੀ ਸੀਗੀ। ਤੇ ਤੁਸੀਂ ਦੇਖੋ ਕਿਹੋ ਜਿਹਾ ਅੱਜ ਵੀ ਇਹ ਕਿੰਨਾ ਖਤਰਨਾਕ ਲੱਗਦਾ ਹੈਗਾ। ਅਸੀਂ ਤਾਂ ਬਾਈ ਨਾ ਥੋੜ੍ਹੇ ਦੂਰ 'ਚ ਹੀ ਇਹ ਤੋਂ ਉਤਰ ਕੇ ਗੱਡੀ ਤੋਂ ਇਹਨਾਂ ਹੀ ਤੋਂ ਅਸੀਂ ਤਾਂ ਬਾਈ ਨੂੰ ਆਖਿਆ ਸੀ ਤਾਂ ਤੁਰ ਕੇ ਘੁੰਮਾਂਗੇ ਸਾਰਾ, ਕਿਉਂਕਿ ਅਸੀਂ ਹੁਣ ਦੁਬਾਰਾ ਹੇਠਾਂ ਜਾ ਰਹੇ ਹਾਂ, ਉੱਥੋਂ ਹੀ ਸ਼ੁਰੂ ਕਰਦੇ ਹਾਂ, ਉੱਪਰ ਨੂੰ ਹੌਲੀ ਹੌਲੀ ਜਾਵਾਂਗੇ। ਇਹ ਟਾਪੂ ਤਾਂ ਨਾ ਪੈਦਲ ਤੁਰ ਕੇ ਦੇਖਣ ਵਾਲਾ ਤੁਹਾਨੂੰ ਸਾਰਾ, ਜਦੋਂ ਵੀ ਤੁਸੀਂ ਆਉਂਗੇ ਤੁਹਾਨੂੰ ਸਲਾਹ ਇਹੀ ਆ, ਮਤਲਬ ਪੈਦਲ ਘੁੰਮਿਓ ਅਤੇ ਆਪਦਾ ਇਕੱਲੀ ਇਕੱਲੀ ਚੀਜ਼ ਐਕਸਪਲੋਰ ਕਰਿਓ। ਹੁਣ ਆਪਾਂ ਸ਼ੁਰੂ ਕਰਦੇ ਹਾਂ, ਇੱਕ ਪਾਸਿਓਂ ਤੁਹਾਨੂੰ ਦਿਖਾਉਣਾ ਇੱਥੋਂ ਦਾ ਸਾਰਾ ਕੁਛ। ਥੋੜ੍ਹੀ ਥੋੜ੍ਹੀ ਬਾਰਿਸ਼ ਵੀ ਸ਼ੁਰੂ ਹੋ ਗਈ, ਹਲਕਾ ਹਲਕਾ ਜਿਹਾ ਮੀਂਹ ਆ ਰਿਹਾ ਹੈ। ਇਹ ਆ ਗਿਆ ਜੀ, ਸ਼ਾਇਦ ਪੁਰਾਣੇ ਟਾਈਮ 'ਚ ਕੋਈ ਵੀ ਅਫੀਸ਼ੀਅਲ ਬਿਲਡਿੰਗ ਰਹੀ ਹੋਊਗੀ, ਕਿਉਂਕਿ ਜਿਵੇਂ ਤੁਹਾਨੂੰ ਸ਼ੁਰੂ 'ਚ ਦੱਸਿਆ ਨਾ ਅੰਗਰੇਜ਼ਾਂ ਦਾ ਹੈੱਡਕੁਆਟਰ ਵੀ ਸੀਗਾ ਇਹ ਜਗ੍ਹਾ ਸਾਰੀ। ਅਤੇ ਟਾਪੂ 'ਤੇ ਹੁਣ ਲਗਾਤਾਰ 8 ਮਹੀਨੇ ਕਈ ਵਾਰੀ ਮੀਂਹ ਪੈਂਦੇ ਰਹਿੰਦੇ ਨੇ, ਮੀਂਹ ਕਾਰਨ ਵੀ ਇਹ ਸਾਰੀਆਂ ਇਮਾਰਤਾਂ ਖੰਡਰ ਬਣੀਆਂ, ਖਰਾਬ ਹੋ ਗਈਆਂ। ਅਤੇ ਸਮੁੰਦਰ ਹੈ ਇੱਥੇ ਸਾਰਾ, ਵਲੌਗ ਦੇ ਐਂਡ 'ਤੇ ਨਾ ਆਪਾਂ ਤੁਹਾਨੂੰ ਉੱਥੇ ਲੈ ਕੇ ਚੱਲਾਂਗੇ, ਉੱਥੇ ਸਮੁੰਦਰ ਦਾ ਕਿਨਾਰਾ ਹੈਗਾ, ਉੱਥੇ ਜਾ ਸਕਦੇ ਹਾਂ। ਅਤੇ ਇੱਧਰਲੇ ਪਾਸੇ ਜਿਹੜਾ ਇੱਥੋਂ ਦੀ ਉੱਤਰ ਨੂੰ ਜਗ੍ਹਾ ਨਹੀਂ ਹੈਗੀ, ਇੱਥੋਂ ਜਾ ਨਹੀਂ ਸਕਦੇ। ਅਤੇ ਇੱਧਰਲੇ ਪਾਸੇ ਇਹ ਸਾਰੀਆਂ ਇਮਾਰਤਾਂ ਰਹੀਆਂ ਪੁਰਾਣੀਆਂ, ਅਤੇ ਆਹ ਦੇਖੋ ਇਹ ਸਾਰੀਆਂ ਇਮਾਰਤਾਂ ਬਣੀਆਂ ਹੋਈਆਂ ਨੇ, ਇਹ ਦੇਖੋ ਇਮਾਰਤ। ਅਤੇ ਬਾਅਦ 'ਚੋਂ ਇਹ ਹੌਲੀ ਹੌਲੀ ਟਾਪੂ ਡਿਵੈਲਪ ਕੀਤਾ, ਪਹਿਲਾਂ ਤਾਂ ਮਤਲਬ ਜਿਹੜਾ ਹੈਗਾ ਸੀ ਇਹ ਇਕੱਲਾ ਹੀ ਆਈਲੈਂਡ ਹੁੰਦਾ ਸੀ ਇੱਕ। ਮੈਨੂੰ ਐਂ ਨਹੀਂ ਸਮਝ ਆਉਂਦੀ ਵੀ ਅੰਗਰੇਜ਼ਾਂ ਨੇ ਇਹ ਚੀਜ਼ਾਂ ਲੱਭੀਆਂ ਕਿੱਥੋਂ, ਵੀ ਆਹ ਆਈਲੈਂਡ ਹੈ ਨਾ ਜਾਂ ਅੰਡੇਮਾਨ ਨਿਕੋਬਾਰ, ਇੱਥੇ ਲਿਆ ਕੇ ਇਹਨਾਂ ਨੂੰ ਛੱਡ ਦਿੱਤਾ ਜਾਵੇ ਜਿਹੜੇ ਬਾਹਰਲੇ ਕੈਦੀ ਆ। ਅਤੇ ਪਤਾ ਨਹੀਂ ਕਿੱਥੋਂ ਕਿੱਥੋਂ ਚੀਜ਼ਾਂ ਲੱਭ ਲੈਂਦੇ ਸੀ ਜਾਂ ਐਂ ਖੋਜਾਂ ਕਰ ਲੈਂਦੇ ਸੀਗੇ। ਅਤੇ ਦੇਖੋ ਇੱਥੇ ਪਿੱਪਲ ਜਾਂ ਬੋਰਡ ਬਹੁਤ ਨੇ, ਕਿਉਂਕਿ ਇਹਨਾਂ ਦੀ ਉਮਰ ਵੀ ਬਹੁਤ ਲੰਬੀ ਹੁੰਦੀ ਆ, ਸ਼ਾਇਦ ਇਹ ਗਵਾਹ ਹੋਣਗੇ ਪੰਜਾਬ ਦੇ ਕੈਦੀਆਂ ਦੇ, ਅਤੇ ਇੱਥੇ ਕਦੇ ਸ਼ਾਇਦ ਰਹਿੰਦੇ ਰਹੇ ਹੋਣ, ਕਿਉਂਕਿ ਜਿਹੜੇ ਪੰਜਾਬ ਦੇ ਮੁੱਢਲੇ ਕੈਦੀ ਆ ਨਾ, ਜਿਹੜੇ 1800 ਕੁਛ 'ਚ ਆਏ ਆ ਜਾਂ 1900 ਕੁਛ 'ਚ ਆਏ ਆ, ਉਹ ਤਾਂ ਸਾਰਿਆਂ ਨੇ ਮਤਲਬ ਉਹਨਾਂ ਨੇ ਦੇਖਿਆ ਹੋਊ ਆ ਚੀਜ਼ ਨੂੰ। ਇਹ ਪਿੱਪਲ ਜਾਂ ਬੋਰਡ ਵੀ ਘੱਟੋ ਘੱਟ 150-200 ਸਾਲ ਪੁਰਾਣੇ ਆ। ਜਿਹੜਾ ਡੋਗਰ ਸੀ ਨਾ, ਡੋਗਰ ਦਾ ਇੱਕ ਦੋਸਤ ਸੀਗਾ ਜੈਮਲ, ਅਤੇ ਜੈਮਲ ਦਾ ਪਿੰਡ ਸੀਗਾ ਖੜਿਆਲ, ਅਤੇ ਉਹਨੇ ਕੰਨ ਭਰੇ ਸੀ ਸਾਰੇ, ਜਿਹਦੇ ਕਰਕੇ ਕਿਸ਼ਨੇ ਨੂੰ ਕਾਲੇ ਪਾਣੀ ਭੇਜਿਆ ਗਿਆ, ਇੱਥੇ ਭੇਜਿਆ ਗਿਆ। ਅਤੇ ਇਹ ਸ਼ਾਇਦ ਉਹੀ ਕਮਰੇ ਹੋਣਗੇ, ਉਹੀ ਸਾਰਾ ਕੁਛ ਹੋਊਗਾ। ਅਤੇ ਇੱਥੇ ਇਹ ਵੀ ਗਵਰਨਮੈਂਟ ਅਫੀਸ਼ੀਅਲ ਦੱਸਦੇ ਵੈਸੇ, ਇਹ ਮਤਲਬ ਵੀ ਸਰਕਾਰੀ ਬਿਲਡਿੰਗ ਸੀ, ਇਹ ਕੋਈ ਅੰਗਰੇਜ਼ਾਂ ਵੇਲੇ ਦੀ ਸਰਕਾਰੀ ਇਮਾਰਤ ਸੀ, ਇਹ ਵੀ ਖੰਡਰ ਹੋਈ ਪਈ ਹੈ ਹੁਣ। ਇੱਧਰਲੇ ਪਾਸੇ ਸਾਹਮਣੇ ਤੁਹਾਨੂੰ ਦਿਖ ਰਿਹਾ ਇਹ ਪਲਾਂਟ ਸੀਗਾ, ਮਤਲਬ ਪਾਣੀ ਦਾ, ਕਿਉਂਕਿ ਉਦੋਂ ਚਾਰੇ ਪਾਸੇ ਖਾਰਾ ਸਮੁੰਦਰ ਹੁੰਦਾ ਸੀਗਾ, ਅਤੇ ਪਾਣੀ ਜਿਹੜਾ ਪੀਣ ਨੂੰ ਬਣਾਉਂਦੇ ਸੀ ਉਹ ਇਸ ਚੀਜ਼ਾਂ ਨਾਲ, ਇਹਨਾਂ ਨਾਲ ਫਿਲਟਰ ਕੀਤਾ ਜਾਂਦਾ, ਉਹ ਜਿਵੇਂ ਅੱਜ ਕੱਲ੍ਹ ਫਿਲਟਰ ਆ ਗਏ, ਅਤੇ ਇਹਨਾਂ ਨਾਲ ਪਾਣੀ ਫਿਲਟਰ ਕੀਤਾ ਜਾਂਦਾ ਸੀਗਾ ਇਹ ਸਾਰੀਆਂ ਚੀਜ਼ਾਂ ਨਾਲ। ਇਸ ਤਰ੍ਹਾਂ ਦੇ ਇਹ ਬਣਾਏ ਹੋਏ ਨੇ, 3 ਲੋਹੇ ਦੇ ਵੱਡੇ ਵੱਡੇ। ਅਤੇ ਇੱਧਰਲੇ ਪਾਸੇ ਵੀ ਜਿਹੜੀ ਇਹ ਸਾਰੀ ਇਮਾਰਤ ਸੀਗੀ, ਅਤੇ ਇਮਾਰਤ ਪੂਰੀ ਖੰਡਰ ਹੋਈ ਪਈ ਆ। ਵੈਸੇ ਤਾਂ ਇੱਥੇ ਇੱਕ ਵੀ ਇਮਾਰਤ ਨਹੀਂ ਬਚੀ ਇਹ ਟਾਪੂ 'ਤੇ, ਜਿੰਨੀਆਂ ਵੀ ਇਮਾਰਤਾਂ ਨੇ ਸਾਰੀਆਂ ਉਹ ਹੁਣ ਖੰਡਰ ਹੋ ਚੁੱਕੀਆਂ ਨੇ। 100-150 ਸਾਲ ਪੁਰਾਣੀਆਂ ਗੱਲਾਂ ਨੇ, 150 ਸਾਲ 'ਚ ਦੇਖ ਲਓ ਕੁਦਰਤ ਨੇ ਇਹ ਸਾਰੀ ਚੀਜ਼ ਨੂੰ ਇੰਨਾ ਬਰਬਾਦ ਕਰਤਾ, ਤਾਂ ਹੀ ਕਹਿੰਦੇ ਸਮਾਂ ਬਹੁਤ ਬਲਵਾਨ ਹੁੰਦਾ ਹੈਗਾ। ਅਤੇ ਇੱਕ ਇੱਧਰ ਵੀ ਰੱਖਿਆ ਹੋਇਆ ਜਿਹੜਾ, ਹਾਂ ਇਹਨਾਂ ਨੇ ਢੋਲ ਰੱਖਿਆ ਹੋਇਆ ਸੀਗਾ, ਇਹ ਵੀ ਗਲ ਚੁੱਕਿਆ ਸਾਰਾ। ਅਤੇ ਵੈਸੇ ਤਾਂ ਅੰਡੇਮਾਨ ਸਰਕਾਰ ਜਾਂ ਇੰਡੀਅਨ ਨੇਵੀ ਨੂੰ ਵੀ ਯਾਰ ਸਲਿਊਟ ਕਰਨਾ ਬਣਦਾ, ਜਿਨ੍ਹਾਂ ਨੇ ਇਹ ਚੀਜ਼ਾਂ ਸਾਂਭ ਕੇ ਰੱਖੀਆਂ ਸਾਰੀਆਂ ਹਨ, ਜੋ ਅਸੀਂ ਅੱਜ ਅੱਖੀਂ ਦੇਖ ਰਹੇ ਹਾਂ। ਜੇ ਇਹ ਸੰਭਾਲੀਆਂ ਗਈਆਂ, ਮਾੜੀ ਮੋਟੀ ਇਹਦੀ ਕੇਅਰ ਕੀਤੀ ਗਈ, ਨਹੀਂ ਇਹਨੂੰ ਢਾਹ ਵੀ ਸਕਦੇ ਸੀ, ਕਿਉਂਕਿ ਜਦੋਂ ਸਰਕਾਰ ਦੇ ਅੰਡਰ ਸੀ ਸਾਰੀ ਚੀਜ਼ ਨੂੰ ਇਹਨੂੰ ਢਾਹ ਕੇ ਕੁਛ ਹੋਰ ਬਣਾ ਸਕਦੇ ਸੀ, ਪਰ ਇੱਕ ਯਾਦ ਇਹ ਰਹਿ ਗਈ ਅੱਜ ਯਾਦ ਰੂਪ 'ਚ। ਅਸੀਂ ਆਪਾਂ ਦੂਰੋਂ ਦੂਰੋਂ ਇਹਨੂੰ ਦੇਖਣ ਆਉਂਦੇ ਹਾਂ, ਜਿਵੇਂ ਦੇਖੋ ਆਹ ਦਰਖਤ ਨੇ ਕੰਧ ਢਾਉਣੀ ਸ਼ੁਰੂ ਕਰਤੀ। ਬਹੁਤਾ ਤਾਂ ਨਾ ਇੱਥੇ ਜਿਹੜੀਆਂ ਚੀਜ਼ਾਂ ਇਮਾਰਤਾਂ ਜਿਹੜੀਆਂ ਢਾਹੀਆਂ ਹੈਗੀਆਂ ਉਹ ਦਰਖਤਾਂ ਨੇ ਢਾਈਆਂ, ਇਹਦੇ ਦੇਖੋ ਚਾਰੇ ਪਾਸੇ ਦਰਖਤ ਹੈ, ਆਹ ਬੋਰਡ ਨੇ, ਇੱਧਰਲੇ ਖੁੰਜੇ 'ਤੇ ਵੀ ਬੋਰਡ ਉੱਗਿਆ ਹੋਇਆ, ਆਪੇ ਉੱਗਿਆ ਹੋਇਆ ਹੈ, ਇੱਧਰਲੇ 'ਤੇ ਵੀ ਬੋਰਡ ਉੱਗਿਆ ਹੋਇਆ ਹੈਗਾ, ਅਤੇ ਇੱਧਰ ਵੀ ਉੱਥੇ ਵੀ 1, 2, 3, 4 ਬੋਰਡ ਉੱਗੇ ਹੋਏ ਆ, ਇੰਨੀ ਕੁ ਮਤਲਬ ਇੰਨੀ ਕੁ ਇਮਾਰਤ ਦੇ ਉੱਤੇ। ਅਤੇ ਸਾਹਮਣੇ ਇਮਾਰਤ ਦੇਖ ਰਹੇ ਹੋ, ਇਹ ਪ੍ਰਿੰਟਿੰਗ ਪ੍ਰੈੱਸ ਮਤਲਬ ਛਾਪਾਖਾਨਾ ਹੁੰਦਾ ਸੀਗਾ ਉਸ ਟਾਈਮ, ਅਤੇ ਇੱਥੇ ਅੰਗਰੇਜ਼ ਸਰਕਾਰ ਕੋਲ ਛਾਪ ਦਿਊ। ਮੋਰ ਦੇਖੋ ਤਾਂ ਯਾਰ ਅੱਜ ਦੀ ਘੜੀ ਕਿੰਨੇ ਨੇ ਇੱਥੇ, ਉਹ ਉੱਪਰ ਮੋਰ ਫਿਰਦੇ ਆ। ਅਤੇ ਇਹ ਵੀ ਜਿਹੜੀ ਇਮਾਰਤ ਹੈ ਇਹ ਵੀ ਖਾਲੀ ਮਤਲਬ ਕੁਦਰਤ ਨੇ, ਅਤੇ ਇੱਕ ਵੀ ਇੱਥੇ ਇਮਾਰਤ ਇਹੀ ਜਿਹੀ ਨਹੀਂ ਜਿਹੜੀ ਬਚੀ ਹੋਵੇ। ਇਹ ਦੇਖੋ ਅੰਦਰਲੇ ਪਾਸੇ, ਅਤੇ ਵੈਸੇ ਨਾ ਸਰਕਾਰ ਨੇ ਮਤਲਬ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਵੀ ਹੋਈਆਂ ਬੈਠਣ ਨੂੰ, ਜਿਵੇਂ ਉਹ ਬਣਾਇਆ ਹੋਇਆ ਹੈ ਨਾ। ਅਤੇ ਅੰਦਰਲੇ ਪਾਸੇ ਇੱਥੇ ਇੱਕ ਕਮਰਾ ਹੁੰਦਾ ਹੋਊਗਾ ਉਸ ਟਾਈਮ, ਅਤੇ ਕਮਰਾ ਸਾਰੇ ਦਾ ਸਾਰਾ ਇਹ ਵੀ ਖਰਾਬ ਹੋ ਗਿਆ ਅੰਦਰੋਂ। ਛੱਤ ਨਾ ਇੱਥੇ ਕਿਸੇ ਵੀ ਇੱਕ ਵੀ ਮਤਲਬ ਇਮਾਰਤ ਦੀ ਛੱਤ ਨਹੀਂ ਬਚੀ, ਸਾਰੀਆਂ ਇਮਾਰਤਾਂ ਦੀਆਂ ਛੱਤਾਂ ਖਰਾਬ ਹੋ ਗਈਆਂ, ਕਿਉਂਕਿ ਛੱਤ ਤਾਂ ਸਭ ਤੋਂ ਜਲਦੀ ਪਹਿਲਾਂ ਡਿੱਗ ਜਾਂਦੀ ਹੁੰਦੀ ਹੈ, ਅਤੇ ਬਾਕੀ ਅਜੇ ਜਿਹੜੀਆਂ ਕੰਧਾਂ ਉਹ ਤਾਂ ਖੜੀਆਂ ਰਹਿ ਜਾਂਦੀਆਂ। ਮੌਸਮ ਨਾ ਇਹ ਟਾਪੂ ਦਾ ਜਾਂ ਅੰਡੇਮਾਨ ਨਿਕੋਬਾਰ ਦਾ ਪੂਰਾ ਇਹੋ ਜਿਹਾ ਹੈਗਾ,
ਐ ਨਹੀਂ ਪਤਾ ਇੱਕ ਮਿੰਟ 'ਚ ਧੁੱਪ ਨਿਕਲਿਆ ਵੀ ਇੱਕ ਮਿੰਟ 'ਚ ਮੀਂਹ ਆ ਜੇ ਜਦੋਂ ਅਸੀਂ ਪਹਿਲਾਂ ਉੱਥੋਂ ਤੁਰੇ ਸੀ ਉਦੋਂ ਬੱਦਲ ਹੋਇਆ ਹੋਇਆ ਸੀਗਾ ਅਤੇ ਵਿੱਚੋਂ ਦੀ ਫਿਰ ਧੁੱਪ ਨਿਕਲਿਆ ਜੀ ਅਤੇ ਫਿਰ ਮੀਂਹ ਪੈ ਗਿਆ ਹੁਣ ਦੇਖੋ ਇੰਨਾ ਮੀਂਹ ਡਿੱਗਣ ਦੇ ਬਾਵਜੂਦ ਦੁਬਾਰਾ ਮੌਸਮ ਇੱਕ ਵਾਰ ਫਿਰ ਸਾਫ਼ ਹੋ ਗਿਆ ਇਹ ਟਾਪੂ 'ਤੇ ਨਾ ਪੁਰਾਣੇ ਬਣੇ ਖੰਡਰੇ ਇਸ ਗੱਲ ਦੇ ਗਵਾਹ ਨੇ ਕਿ ਇੱਥੇ ਕਿੰਨੇ ਹੀ ਪੰਜਾਬੀਆਂ ਨੂੰ ਜਾਂ ਹੋਰ ਕਮਿਊਨਿਟੀ ਦੇ ਲੋਕਾਂ ਨੂੰ ਤਸੀਹੇ ਦਿੱਤੇ ਜਾਂਦੇ ਹੋਣਗੇ ਇਹ ਜੇਲ੍ਹ ਬਣੀ ਹੋਈ ਸੀਗੀ ਅਤੇ ਪਹਿਲੀ ਜੇਲ੍ਹ ਹੁੰਦੀ ਸੀ ਇਹ ਅੰਡੇਮਾਨ ਦੀ ਸਭ ਤੋਂ ਪਹਿਲੀ ਜੇਲ੍ਹ ਹੈ ਜਿਹੜੀ ਕਾਲੇ ਪਾਣੀ ਦੀ ਸਜ਼ਾ ਜਿਹਨੂੰ ਕਹਿੰਦੇ ਉਹ ਇੱਥੇ ਹੋਇਆ ਕਰਦੀ ਸੀ ਇਹਨਾਂ ਖੰਡਰਾਂ ਦੇ ਵਿੱਚ ਅਤੇ ਅੱਜ ਵੀ ਇਹ ਖੰਡਰੋਂ ਵੀ ਖੜ੍ਹੇ ਆ ਤੁਹਾਨੂੰ ਦਿਖਾਵਾਂ ਅੰਦਰੋਂ ਅਤੇ ਦੇਖੋ ਦਰਖਤ ਇਹਨਾਂ ਦੇ ਉੱਪਰ ਚੜ੍ਹ ਗਏ ਅਤੇ ਪੁਰਾਣੀ ਗਵਾਹੀ ਆ ਸ਼ਾਇਦ 200 ਸਾਲ 200 ਸਾਲ ਪੁਰਾਣੇ ਹੋਣਗੇ ਇਹ ਅਤੇ ਅੰਦਰ ਜਾਨਵਰ ਵੀ ਕੁਛ ਫਿਰਦੇ ਆ ਇਹਨਾਂ ਦੇ ਅਤੇ ਨਾ ਜਿੰਨੀਆਂ ਵੀ ਪੁਰਾਣੀਆਂ ਇਮਾਰਤਾਂ ਅੱਜ ਵੀ ਸਾਬਤੀਆਂ ਖੜ੍ਹੀਆਂ ਅਤੇ ਸਾਰੀਆਂ ਇਹ ਮਤਲਬ ਕਿਸੇ ਟਾਈਮ ਅੰਗਰੇਜ਼ਾਂ ਦੀਆਂ ਜਾਂ ਅਫੀਸ਼ੀਅਲ ਜਿਵੇਂ ਤੁਹਾਨੂੰ ਦੱਸਿਆ ਬਾਅਦ ਦੇ ਵਿੱਚ ਇਹ ਐਜ਼ ਏ ਗਵਰਨਮੈਂਟ ਵੀ ਇਹਨੂੰ ਵਰਤਦੇ ਰਹੇ ਆ ਅਤੇ ਇੱਥੇ ਕੋਈ ਸਰਕਾਰੀ ਇਮਾਰਤ ਹੋਊਗੀ ਅਤੇ ਇਹਦੇ ਵਿੱਚ ਹੀ ਹੁਣ ਕਿਉਂਕਿ ਪਛਾਣਨਾ ਔਖਾ ਇਸ ਟਾਪੂ ਦੇ ਵਿੱਚ ਹੀ ਜੇਲ੍ਹਾਂ ਸੀਗੀਆਂ ਜੱਟ ਜਿਉਣਾ ਮੌੜ ਦਾ ਜਿਹੜਾ ਭਰਾ ਸੀਗਾ ਕਿਸ਼ਨਾ ਅਤੇ ਉਹ ਵੀ ਇੱਥੇ ਹੀ ਮਤਲਬ ਇਸ ਕਾਲੇ ਪਾਣੀ ਦੀ ਸਜ਼ਾ ਹੋਈ ਸੀ ਉਹਨੂੰ ਕਾਲੇ ਪਾਣੀ ਇੱਥੇ ਹੀ ਭੇਜਿਆ ਗਿਆ ਹੋਊ ਕਿਸੇ ਟਾਈਮ ਕਿਉਂਕਿ ਜਿਹੜੇ ਟਾਈਮ ਦੀ ਜੱਟ ਜਿਉਣੇ ਮੌੜ ਦੀ ਕਹਾਣੀ ਹੈ ਉਸ ਟਾਈਮ ਸੈਲੂਲਰ ਜੇਲ੍ਹ ਬਣੀ ਨਹੀਂ ਸੀ ਉਹ 19ਵੀਂ ਸਦੀ ਦੇ ਸ਼ੁਰੂ ਦੀ ਕਹਾਣੀ ਹੈਗੀ ਉਹ 19ਵੀਂ ਸਦੀ ਦੇ ਅਖੀਰ ਦੀ ਕਹਾਣੀ ਆ ਜਿਹੜੇ ਇੱਥੇ ਦਰਖਤ ਹੈ ਨਾ ਅਤੇ ਵੀ ਇੰਨੇ ਇੰਨੇ ਪੁਰਾਣੇ ਖੜ੍ਹੇ ਹੈ ਤੁਸੀਂ ਦੇਖੋ ਇਹ ਬੋਹੜ ਹੈ ਪਿੱਪਲ ਹੈ ਪਤਾ ਨਹੀਂ ਕਿਹੜੇ ਦਰਖਤ ਨੇ ਇਹ ਅਤੇ ਕਿਵੇਂ ਕਿਵੇਂ ਇਹਨਾਂ ਨੇ ਜੜ੍ਹਾਂ ਇੱਥੇ ਫੈਲਾਈਆਂ ਹੋਈਆਂ ਨੇ ਦੇਖੋ ਦਰਖਤਾਂ ਨੇ ਮਤਲਬ ਕਿਵੇਂ ਆਪਣੀਆਂ ਜੜ੍ਹਾਂ ਇਹਦੇ ਉੱਤੋਂ ਦੀ ਫੈਲਾ ਲਈਆਂ ਹਨ ਅਤੇ ਆਹ ਜੜ੍ਹਾਂ ਇੱਥੇ ਤੱਕ ਆਈਆਂ ਹੋਈਆਂ ਨੇ ਇਹ ਪਿੱਪਲ ਜਾਂ ਬੋਹੜ ਹੀ ਹੋਣਗੇ ਕਿਉਂਕਿ ਇਦੋਂ ਵੱਡੀ ਦਰਖਤ ਤਾਂ ਇਦੋਂ ਵੱਡੀ ਜੜ੍ਹ ਤਾਂ ਕਿਸੇ ਦੀ ਹੋਰ ਹੋ ਨਹੀਂ ਸਕਦੀ ਅਤੇ ਕਈ ਬਿਲਡਿੰਗਾਂ ਇੱਥੇ ਬਚੀਆਂ ਵੀ ਹੋਈਆਂ ਜਿਵੇਂ ਆਹ ਇਮਾਰਤ ਬਚੀ ਹੋਈ ਹੈ ਅਤੇ ਇੱਧਰਲੀ ਇਮਾਰਤ ਇਹਦੇ ਤਾਂ ਪੂਰੀ ਤਰ੍ਹਾਂ ਸਾਰੀ ਇਹਨੇ ਮਤਲਬ ਦਰਖਤਾਂ ਨੇ ਆਪਦੇ ਥੱਲੇ ਲੈ ਲਈ ਇਹਨਾਂ ਦੀ ਉਮਰ ਵੀ ਪਤਾ ਨਹੀਂ ਹੁਣ ਕਿੰਨੀ ਕੁ ਹੋਣੀ ਉਮਰ ਕਾਫੀ ਜ਼ਿਆਦਾ ਹੋਣੀ ਇਹਨਾਂ ਥੋੜ੍ਹਾ ਥੋੜ੍ਹਾ ਯਾਰ ਮੀਂਹ ਵੀ ਸ਼ੁਰੂ ਹੋ ਗਿਆ ਆਉਣਾ ਅਤੇ ਹੁਣ ਅਸੀਂ ਪਹੁੰਚ ਗਏ ਟਰੂਪਸ ਬੈਰਕ ਕੋਲ ਮਤਲਬ ਇਹ ਜਿਹੜੇ ਸਿਪਾਹੀ ਸੀਗੇ ਉਸ ਟਾਈਮ ਅੰਗਰੇਜ਼ ਫੌਜ ਦੇ ਅਤੇ ਉਹਨਾਂ ਸਿਪਾਹੀਆਂ ਦੀ ਇਹ ਬੈਰਕ ਹੈਗੀ ਅਤੇ ਸਿਪਾਹੀਆਂ ਨੂੰ ਇਹਦੇ ਵਿੱਚ ਰਹਿਣ ਲਈ ਥਾਂ ਮਿਲੀ ਹੋਣੀ ਅਤੇ ਇਹ ਵੀ ਟੁੱਟੀ ਫੁੱਟੀ ਪਈ ਆ ਸਾਰੀ ਇਮਾਰਤ ਇੱਥੇ ਇਹ ਆਈਲੈਂਡ ਦੇ ਇੱਕ ਵੀ ਇਮਾਰਤ ਇਹੋ ਜਿਹੀ ਨਹੀਂ ਜਿਹ 'ਚ ਤੁਸੀਂ ਮਤਲਬ ਵਧੀਆ ਹੋਵੇ ਦੇਖ ਸਕੋ ਸਾਰੀਆਂ ਇਮਾਰਤਾਂ ਇਸੇ ਤਰ੍ਹਾਂ ਖੰਡਰ ਹੋਈਆਂ ਪਈਆਂ ਕੁਛ ਕੁ ਦੀ ਹਾਲਤ ਠੀਕ ਹੈ ਕੁਛ ਕੁ ਬਹੁਤੀਆਂ ਜ਼ਿਆਦਾ ਖਰਾਬ ਆ ਇੱਧਰਲਾ ਪਾਸਾ ਜਿਹੜਾ ਇਹਨਾਂ ਨੇ ਬੰਦ ਕੀਤਾ ਹੋਇਆ ਕਿਉਂਕਿ ਆਹ ਰੱਸੀ ਲਾਈ ਹੋਈ ਹੈ ਨਾਲ ਰੈੱਡ ਫਲੈਗ ਲੱਗੇ ਹੋਏ ਆ ਨਹੀਂ ਤਾਂ ਤੁਹਾਨੂੰ ਇੱਥੋਂ ਮੈਂ ਅੰਦਰ ਜਾ ਕੇ ਤਾਂ ਦਿਖਾਉਂਦਾ ਇਹ ਵੀ ਕੋਈ ਸਰਕਾਰੀ ਇਮਾਰਤ ਹੋਣੀ ਇਹ ਵੀ ਢਹਿ ਢੇਰੀ ਹੋਈ ਹੋਈ ਹੈ ਬਿਲਕੁਲ ਤੁਸੀਂ ਇਹ ਦੇਖੋ ਯਾਰ ਮਤਲਬ ਕਿੰਨਾ ਜਿਹੜਾ ਅੱਜ ਵੀ ਖਤਰਨਾਕ ਲੱਗ ਰਿਹਾ ਇਹ ਸਾਰਾ ਜੰਗਲ ਹਾਲਾਂਕਿ ਇਹਨੂੰ ਕੱਟ ਕਟਾਈ ਕਰਕੇ ਇਹਦੀ ਪੂਰਾ ਵਧੀਆ ਇਹ ਟੂਰਿਸਟਸ ਲਈ ਬਣਾ ਰੱਖਿਆ ਇਹਨਾਂ ਨੇ ਪਰ ਜਿਹੜੇ ਟਾਈਮ ਆਪਣੇ ਕੈਦੀ ਇੱਥੇ ਸ਼ੁਰੂ 'ਚ ਜੇਲ੍ਹਾਂ ਕੱਟਦੇ ਰਹੇ ਆ ਉਹ ਟਾਈਮ ਤਾਂ ਇੱਥੇ ਬਹੁਤ ਖਤਰਨਾਕ ਟਾਈਮ ਹੋਊਗਾ ਅਤੇ ਸੁਣਿਆ ਗਾ ਵੀ ਇੱਕ ਹੋਰ ਇੱਥੇ ਵਾਈਪਰ ਆਈਲੈਂਡ ਹੁੰਦਾ ਸੀ ਉਹ ਜ਼ਹਿਰੀਲੇ ਸੱਪਾਂ ਦਾ ਟਾਪੂ ਸੀਗਾ ਕਈ ਵਾਰੀ ਉੱਥੇ ਬੰਦਿਆਂ ਨੂੰ ਛੱਡ ਦਿੰਦਾ ਦਿੱਤਾ ਜਾਂਦਾ ਸੀ ਲਿਆ ਕੇ ਜੰਗਲ ਦੀ ਨਾ ਯਾਰ ਇੱਕ ਗੱਲੋਂ ਮੌਜ ਵੀ ਹੁੰਦੀ ਹੈ ਕਿਉਂਕਿ ਬਾਰਿਸ਼ ਇੰਨੀ ਹੋ ਰਹੀ ਹੈ ਦੇਖ ਲਓ ਬਹੁਤ ਤੇਜ਼ ਮੀਂਹ ਆ ਗਿਆ ਅਤੇ ਪਰ ਅਸੀਂ ਇਹਦੇ ਥੱਲੇ ਖੜ੍ਹੇ ਹਾਂ ਆਰਾਮ ਨਾਲ ਅਤੇ ਆਹ ਵੱਡੇ ਵੱਡੇ ਦਰੱਖਤਾਂ ਦੇ ਪੱਤੇ ਆ ਅਤੇ ਇਹ ਭਿੱਜਣ ਨਹੀਂ ਦੇ ਰਹੇ ਸਮੁੰਦਰੀ ਟਾਪੂ ਹੁੰਦੇ ਨਾ ਇਹਨਾਂ ਦੀ ਇਹੀ ਪ੍ਰੋਬਲਮ ਹੁੰਦੀ ਯਾਰ ਮੀਂਹ ਬਹੁਤ ਜ਼ਿਆਦਾ ਤੇਜ਼ ਡਿੱਗਦਾ ਜਦੋਂ ਆ ਜਾਂਦਾ ਹੁਣ ਬਹੁਤ ਤੇਜ਼ ਮੀਂਹ ਡਿੱਗ ਰਿਹਾ ਤੁਸੀਂ ਖੜਕੇ ਤੋਂ ਹੀ ਅੰਦਾਜ਼ਾ ਲਓ ਕਿੰਨਾ ਤੇਜ਼ ਹੋਊਗਾ ਅਤੇ ਇੱਕ ਗੱਲ ਹੋਰ ਇੱਥੇ ਸੋਚਣ ਵਾਲੀ ਹੈ ਵੀ ਪੁਰਾਣੇ ਟਾਈਮ 'ਚ ਜਿਹੜੇ ਆਪਣੇ ਕੈਦੀ ਹੋਣਗੇ ਉਹ ਕਿਵੇਂ ਇੱਥੇ ਸਰਵਾਈਵ ਕਰਦੇ ਹੋਣਗੇ ਮੈਂ ਤਾਂ ਥੋੜ੍ਹੀ ਜਿਹੀ ਛੱਤ ਦਾ ਇੱਥੇ ਓਟ ਆਸਰਾ ਲਈ ਖੜ੍ਹਾਂ ਅਤੇ ਉਹ ਕਿਵੇਂ ਇਹਨਾਂ ਜੰਗਲਾਂ ਥੱਲੇ ਜਾਂ ਇਹਨਾਂ ਪੱਤਿਆਂ ਥੱਲੇ ਲੁੱਕ ਕੇ ਬਹਿੰਦੇ ਹੋਣਗੇ ਉਸ ਟਾਈਮ ਨਾਲ ਜਿਹੜੀ ਅੰਗਰੇਜ਼ ਸਰਕਾਰ ਸੀਗੀ ਅਤੇ ਉਹ ਖਾਣ ਪੀਣ ਨੂੰ ਕੈਦੀਆਂ ਨੂੰ ਕੁਛ ਨਹੀਂ ਦਿੰਦੇ ਸੀ ਅਤੇ ਇਸ ਆਈਲੈਂਡ 'ਤੇ ਜਿਹੋ ਜਿਹਾ ਕੁਛ ਹੁੰਦਾ ਸੀਗਾ ਥੋੜ੍ਹਾ ਬਹੁਤਾ ਜਿਵੇਂ ਨਾਰੀਅਲ ਵਗੈਰਾ ਸ਼ਾਇਦ ਉਹ ਖਾ ਕੇ ਇੱਥੇ ਗੁਜ਼ਾਰਾ ਕਰਦੇ ਹੋਣਗੇ ਅਤੇ ਬਾਕੀ ਜਿਵੇਂ ਹੁਣ ਆ ਜੰਗਹਿਰਨ ਹੋਰ ਨੇ ਇੱਥੇ ਫਿਰਦੇ ਤਾਂ ਹੁਣ ਛੱਡਿਆ ਸਰਕਾਰ ਨੇ ਉਦੋਂ ਤਾਂ ਇੱਥੇ ਜਿਹੜੇ ਇਦੋਂ ਵੀ ਐਂ ਨਹੀਂ ਪਤਾ ਖਤਰਨਾਕ ਜਾਨਵਰ ਰਹਿੰਦੇ ਹੁਣ ਜਿਹੜਾ ਇਹ ਪੁਆਇੰਟ ਆ ਗਿਆ ਇਹ ਅਸਲ 'ਚ ਸਭ ਤੋਂ ਪਹਿਲੀ ਜੇਲ੍ਹ ਹੈ ਇਹ ਹੁਣ ਮੈਂ ਇੱਥੇ ਪੁੱਛਿਆ ਕਿਸੇ ਨੂੰ ਅਤੇ ਉਹਨਾਂ ਨੇ ਦੱਸਿਆ ਸਭ ਤੋਂ ਪਹਿਲੀ ਜੇਲ੍ਹ ਇਹ ਬਣੀ ਹੈਗੀ ਅੰਡੇਮਾਨ ਨਿਕੋਬਾਰ 'ਚ ਮਤਲਬ ਜੇ ਕੋਈ ਕਾਲੇ ਪਾਣੀ 'ਚ ਜੇਲ੍ਹ ਬਣੀ ਹੈ ਤਾਂ ਇੱਥੇ ਸੀ ਮਤਲਬ ਆਹ ਕੋਠੀਆਂ ਸੀਗੀਆਂ ਜਿਹੜੀਆਂ ਆਹ ਬੈਰਕਾਂ ਬਣੀਆਂ ਸੀਗੀਆਂ ਅਤੇ ਹੁਣ ਤਾਂ ਇਹ ਢਹਿ ਢੇਰੀ ਹੋ ਗਿਆ ਸਾਰਾ ਕੁਛ ਅਤੇ ਛੋਟੀ ਛੋਟੀ ਆ ਦੇਖੋ ਕਾਲ ਕੋਠੜੀ ਇੱਕ ਤਰ੍ਹਾਂ ਦੀ ਜੇਲ੍ਹ ਦੇ ਵਾਂਗੂ ਹੀ ਲੱਗ ਰਿਹਾ ਹੈਗਾ ਜਿਹੜੀ ਆ ਸਾਹਮਣੇ ਵਾਲੇ ਪਾਸੇ ਹੈ ਨਾ ਇਹ ਦੇਖੋ ਇਹ ਸਾਰਾ ਜੇਲ੍ਹ ਆ ਇਹ 4-5 ਜਿੰਨੀਆਂ ਵੀ ਬਣੀਆਂ ਹੋਣਗੀਆਂ ਅਤੇ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਜਦੋਂ ਲੋਕ ਲਿਆਉਂਦੇ ਆ ਤਾਂ ਉਹ ਇੱਥੇ ਲਿਆਉਂਦੇ ਆ ਇਸ ਜਗ੍ਹਾ ਅਤੇ ਸਭ ਤੋਂ ਜਿਹੜਾ ਵੱਡਾ ਕੰਮ ਕੈਦੀਆਂ ਤੋਂ ਕਰਾਇਆ ਜਾਂਦਾ ਸੀ ਪਹਿਲਾਂ ਇਹਨਾਂ ਨੂੰ ਤੜਾਉਂਦੇ ਸੀਗੇ ਭੰਨ ਭੰਨੇ 'ਚੋਂ ਖੋਪਾ ਕੱਢਦੇ ਸੀਗੇ ਖੋਪਾ ਕੱਢ ਕੇ ਫਿਰ ਜਿਹੜਾ ਇਹਦਾ ਸੱਕ ਬਚਦਾ ਸੀ ਨਾ
ਇਹਦੀ ਮਤਲਬ ਰੱਸੀ ਬਣਾਈ ਜਾਂਦੀ ਸੀ ਅਤੇ ਇਹੋ ਜਿਹੇ ਕੰਮ ਅੰਗਰੇਜ਼ ਸਰਕਾਰ ਮਤਲਬ ਕਰਾਉਂਦੀ ਰਹੀ ਹੈ ਕੈਦੀਆਂ ਤੋਂ ਅਤੇ ਇਸ ਤਰ੍ਹਾਂ ਦੇ ਤਸੀਹੇ ਸੀ ਇੱਕ ਤਰ੍ਹਾਂ ਦੇ ਅਤੇ ਇਹਦੇ 'ਚੋਂ ਹੀ ਨਾਰੀਅਲ ਦਾ ਤੇਲ ਵੀ ਕਢਾਉਂਦੇ ਸੀਗੇ ਜਿਹੜਾ ਪੁਰਾਣੇ ਪਿਛਲੇ ਵਲੋਗ ਤੁਹਾਨੂੰ ਸੈਲਰ ਜੇਲ੍ਹ 'ਚ ਦਿਖਾਇਆ ਨਾ ਕਿ ਕੋਹਲੂ ਪੀੜਿਆ ਜਾਂਦਾ ਸੀਗਾ ਇਹਦਾ ਮਤਲਬ ਇਹਦਾ ਪਹਿਲਾਂ ਇਹ ਤੋਂ ਤਿੰਨ ਕੰਮ ਲਏ ਜਾਂਦੇ ਸੀਗੇ ਨਾਰੀਅਲ ਇਹਦਾ ਪਹਿਲਾਂ ਇਹਨੂੰ ਤੋੜਨਾ ਕਿਉਂਕਿ ਇਹ ਆਮ ਟੁੱਟਦਾ ਵੀ ਨਹੀਂ ਜੇ ਤੁਹਾਨੂੰ ਮੈਂ ਦਿਖਾਵਾਂ ਨਾ ਇਹ ਚੀਜ਼ ਲੈ ਇਹਨੂੰ ਕਿੰਨੇ ਵੀ ਜ਼ੋਰ ਨਾਲ ਮਾਰੋ ਇਹ ਟੁੱਟਦਾ ਨਹੀਂ ਹੈਗਾ ਅਤੇ ਇਹਨੂੰ ਭੰਨੇ ਆ ਕਿਸ ਮਤਲਬ ਕਿਵੇਂ ਭੰਨਦੇ ਹੋਣਗੇ ਅਤੇ ਉਸ ਤੋਂ ਬਾਅਦ ਅਤੇ ਰੱਸੀਆਂ ਬਣਾਉਣੀਆਂ ਇਹਦੀਆਂ ਇਹਦੀ ਰੱਸੀ ਦੇਖ ਲਓ ਕਿਵੇਂ ਕਿੰਨੀ ਮਿਹਨਤ ਨਾਲ ਇਹਦੀ ਰੱਸੀ ਬਣੂੰਗੀ ਇਹ ਉੱਚਾ ਨੀਵਾਂ ਹੋ ਗਿਆ ਹੋਊਗਾ ਥਾਂ ਅਤੇ ਪੁਰਾਣੇ ਟਾਈਮ 'ਚ ਪਤਾ ਨਹੀਂ ਇੱਥੋਂ ਦੀ ਕਿਵੇਂ ਹੋਊ ਸ਼ਾਇਦ ਇਹਦੇ ਥੱਲੋਂ ਦੀ ਪਾਣੀ ਲੰਘਦਾ ਹੋਊ ਜਾਂ ਕਿਸ ਤਰ੍ਹਾਂ ਹੋਊ ਕਿਉਂਕਿ ਇੱਕ ਪੁਲ ਟਾਈਪ ਬਣਿਆ ਹੋਇਆ ਅਤੇ ਆਪ ਉੱਪਰ ਦਰੱਖਤ ਦੀ ਜੜ ਇੱਥੇ ਵੀ ਆ ਗਈ ਸਾਰੇ ਟਾਪੂ ਨੂੰ ਦਰੱਖਤਾਂ ਨੇ ਘੇਰ ਲਿਆ ਜਿੰਨਾ ਵੀ ਇਹ ਟਾਪੂ ਸੀਗਾ ਇਹ ਆਈਲੈਂਡ ਦੇ ਇਸ ਤਰ੍ਹਾਂ ਦੇ ਤੁਹਾਨੂੰ ਬੋਰਡ ਵੀ ਮਿਲ ਜਾਣਗੇ ਕਿ ਤੁਸੀਂ ਕਿੱਥੇ ਕਿੱਥੇ ਘੁੰਮਣਾ ਤੁਸੀਂ ਜਾ ਸਕਦੇ ਹੋ ਵੈਸੇ ਹੁਣ ਅਸੀਂ ਪੈਦਲ ਹੀ ਘੁੰਮ ਰਹੇ ਹਾਂ ਕਿਉਂਕਿ ਉਹ 'ਤੇ ਚੜ੍ਹ ਕੇ ਦੇਖਣ ਵਾਲਾ ਆਈਲੈਂਡ ਹੈ ਨਹੀਂ ਗਾ ਅਤੇ ਜੀ ਤਾਂ ਅਸੀਂ ਪਹਿਲਾਂ ਲੈ ਆਈ ਸੀਗੀ ਮਤਲਬ ਉਹ 'ਤੇ ਬੈਠੇ ਸੀਗੇ ਇਹ ਅਸਲ 'ਚ ਪੈਦਲ ਵੱਧ ਘੁੰਮਣ ਵਾਲਾ ਇੱਥੇ ਗਿਰਜਾ ਘਰ ਹੈ ਮਤਲਬ ਅੰਗਰੇਜ਼ਾਂ ਵੇਲੇ ਦੀ ਚਰਚ ਹੁੰਦੀ ਸੀ ਇਹ 1800 ਕੁਛ 'ਚ ਬਣੀ ਸੀ ਉਹ ਉੱਥੇ ਬੋਰਡ ਲੱਗਿਆ ਹੋਇਆ ਹੈਗਾ ਅਤੇ 100 ਸਾਲ ਤੋਂ ਵੀ ਮਤਲਬ 100 ਸਾਲ ਤੋਂ ਉੱਪਰ 100-150 ਸਾਲ ਪੁਰਾਣੀ ਹੋ ਗਈ ਲਗਭਗ ਇਹ ਚਰਚ ਹੁਣ ਬ੍ਰਿਟਿਸ਼ ਰੂਲ ਦੇ ਸਮੇਂ ਜਿਹੜੇ ਉੱਧਰਲੇ ਲੋਕ ਸੀਗੇ ਉਹ ਤਾਂ ਮੌਜਾਂ ਕਰਦੇ ਸੀਗੇ ਅਤੇ ਜਿਵੇਂ ਆਹ ਕਲੱਬ ਬਣਾਇਆ ਹੋਇਆ ਸੀ ਤੁਸੀਂ ਦੇਖੋ ਆਪ ਉਹ ਜਿਹੋ ਜਿਹਾ ਉਹਨਾਂ ਦਾ ਲਾਈਫ ਸਟਾਈਲ ਇੰਗਲੈਂਡ 'ਚ ਮਤਲਬ ਉੱਧਰ ਬਰਤਾਨੀਆ 'ਚ ਹੈਗਾ ਸੀਗਾ ਉਹੀ ਲਾਈਫ ਸਟਾਈਲ ਉਹਨਾਂ ਨੇ ਇੱਥੇ ਰੱਖਿਆ ਇੱਥੇ ਕਲੱਬ ਬਣਾਇਆ ਸੀਗਾ ਮਤਲਬ ਤੁਸੀਂ ਦੇਖੋ ਵੀ ਕਿੰਨੇ ਅੰਗਰੇਜ਼ਾਂ ਨੇ ਇੱਥੇ ਕਲੱਬਾਂ 'ਚ ਸ਼ਾਇਦ ਦਾਰੂਆਂ ਵੀ ਪੀਂਦੇ ਹੋਣ ਹੈ ਨਾ ਸ਼ਰਾਬਾਂ ਪੀਂਦੇ ਹੋਣਗੇ ਜਾਂ ਹੋਰ ਆਪਣਾ ਡਾਂਸ ਵਗੈਰਾ ਕੁਛ ਪ੍ਰੋਗਰਾਮ ਕਰਦੇ ਹੋਣਗੇ ਨਾਲ ਹੀ ਇੱਥੇ ਦੂਜੇ ਪਾਸੇ ਜਿਹੜੇ ਕੈਦੀ ਸੀਗੇ ਉਹਨਾਂ ਨੂੰ ਮਤਲਬ ਮੌਤ ਦੇ ਖੂਹ ਲੱਗਦੇ ਸੀਗੇ ਇਹ ਜਗ੍ਹਾ ਆਪ ਉਹ ਐਸ਼ਪ੍ਰਸਤੀ ਕਰਦੇ ਸੀ ਇਹਨਾਂ ਜਗ੍ਹਾਵਾਂ 'ਤੇ ਰਹਿ ਕੇ ਪਰ ਜਿਹੜੇ ਆਪਣੇ ਲੋਕ ਸੀਗੇ ਉਹਨਾਂ ਲਈ ਇਹ ਮੌਤ ਤੋਂ ਘੱਟ ਨਹੀਂ ਸੀਗੀ ਇਹ ਸਜ਼ਾ ਜਿਹੜਾ ਬੰਦਾ ਇੱਥੇ ਆ ਜਾਂਦਾ ਸੀ ਇਹ ਟਾਪੂ 'ਤੇ ਇੱਥੋਂ ਜਿਉਂਦਾ ਨਹੀਂ ਮੁੜਦਾ ਸੀਗਾ ਅਤੇ ਇਹਦੇ ਵਿੱਚੋਂ ਦੀ ਰਸਤੇ ਜਾਂਦੇ ਨੇ ਤੁਸੀਂ ਦੂਰ ਦੂਰ ਤੱਕ ਇਹ ਟਾਪੂ ਨੂੰ ਪੈਦਲ ਮਤਲਬ ਜਿੱਥੇ ਮਰਜ਼ੀ ਤੱਕ ਘੁੰਮ ਸਕਦੇ ਹੋ ਥੋੜ੍ਹਾ ਜਿਹਾ ਕੇਅਰਫੁੱਲੀ ਕਿਉਂਕਿ ਕੋਈ ਜਾਨਵਰ ਦਾ ਕਿਸੇ ਦਾ ਡਰ ਰਹਿੰਦਾ ਹੈ ਨਾ ਇਹੋ ਜਿਹੇ ਥਾਵੇਂ ਇੱਥੇ ਆਉਂਗੇ ਨਾ ਥੋੜ੍ਹਾ ਜਿਹਾ ਧਿਆਨ ਨਾਲ ਤੁਰਿਓ ਕਿਉਂਕਿ ਸਲਿੱਪਰੀ ਬਹੁਤ ਹੈ ਮੀਂਹ ਕਰਕੇ ਤਾਂ ਖਾਸ ਕਰਕੇ ਮਤਲਬ ਜਦੋਂ ਮੀਂਹ ਪੈਂਦੇ ਹੋਣ ਉਦੋਂ ਤਾਂ ਬਹੁਤ ਧਿਆਨ ਰੱਖ ਕੇ ਤੁਰਨ ਦੀ ਲੋੜ ਹੈ ਕਿਉਂਕਿ ਸਾਰੀਆਂ ਪੌੜੀਆਂ 'ਤੇ ਜਾਂ ਜਿਵੇਂ ਇੱਥੇ ਕਾਈ ਜੰਮ ਜਾਂਦੀ ਹੈ ਜਿਵੇਂ ਆਹ ਚੀਜ਼ ਹੈ ਨਾ ਸਲਿੱਪਰੀ ਹੋ ਗਿਆ ਹੁਣ ਪੈਰ ਤਿਲਕ ਜਾਂਦਾ ਇਹਦੇ ਤੋਂ ਇਹਦਾ ਕਲੱਬ ਦਾ ਨਾ ਸਾਹਮਣੇ ਵਾਲਾ ਪਾਸਾ ਦੇਖੋ ਦਰੱਖਤ ਨੇ ਪੂਰੀ ਤਰ੍ਹਾਂ ਮਤਲਬ ਕੰਧ ਖਾ ਰੱਖੀ ਹੈ ਅਤੇ ਜੜ੍ਹ ਕਿੱਥੇ ਤੱਕ ਚੜ੍ਹੀ ਹੋਈ ਹੈ ਅਤੇ ਦੇਖੋ ਜੜ੍ਹਾਂ ਵੀ ਇੱਥੇ ਧਰਤੀ 'ਚ ਨਹੀਂ ਫੈਲਦੀਆਂ ਐਂ ਕੰਧਾਂ ਦੇ ਉੱਪਰ ਇਸ ਤਰ੍ਹਾਂ ਚੜ੍ਹ ਜਾਂਦੀਆਂ ਮੀਂਹ ਜ਼ਿਆਦਾ ਤੇਜ਼ ਹੋ ਗਿਆ ਜਦੋਂ ਮੀਂਹ ਤੇਜ਼ ਹੋ ਜਾਂਦਾ ਨਾ ਫਿਰ ਮੈਨੂੰ ਐਂ ਹੋ ਜਾਂਦਾ ਵੀ ਕਿਸੇ ਛੱਤ ਥੱਲੇ ਜਾਵਾਂ ਅਤੇ ਛੱਤਾਂ ਇੱਥੇ ਹੈ ਨਹੀਂ ਹੈ ਇਹਦੀ ਵੀ ਛੱਤ ਡਿੱਗੀ ਹੋਈ ਹੈ ਦੇਖ ਲਓ ਅਤੇ ਇੱਧਰਲੇ ਪਾਸੇ ਵੀ ਛੱਤ ਡਿੱਗੀ ਹੋਈ ਹੈ ਕਿਸੇ ਪਾਸੇ ਛੱਤ ਨਹੀਂ ਹੈਗੀ ਵੀ ਬੰਦਾ ਕਿਸੇ ਚੀਜ਼ 'ਤੇ ਜਾ ਕੇ ਥੱਲੇ ਖੜ ਜੇ ਹੁਣ ਇੱਥੋਂ ਬਾਹਰ ਨਿਕਲਣਾ ਪੈਣਾ ਜਿਹੜਾ ਇਹ ਆਈਲੈਂਡ ਹੈ ਨਾ ਹੁਣ ਇਹ 'ਤੇ ਕੋਈ ਡਰ ਨਹੀਂ ਹੈਗਾ ਕਿਉਂਕਿ ਇੱਥੇ ਇਕੱਲੇ ਹਿਰਨੀ ਹੈ ਸਰਕਾਰ ਨੇ ਇਹਨੂੰ ਥੋੜ੍ਹਾ ਜਿਹਾ ਮਤਲਬ ਟੂਰਿਸਟ ਲਈ ਖੋਲ੍ਹਿਆ ਹੈਗਾ 5-7 ਸਾਲ ਪਹਿਲਾਂ ਹੀ ਪਹਿਲਾਂ ਇਹ ਬੈਨ ਸੀਗਾ ਜਿਹੜਾ ਵਾਈਪਰ ਆਈਲੈਂਡ ਆ ਜਿਹਦੇ 'ਤੇ ਫਾਂਸੀ ਦਿੱਤੀ ਜਾਂਦੀ ਸੀ ਕੈਦੀਆਂ ਨੂੰ ਉਹ ਤਾਂ ਹਜੇ ਤੱਕ ਵੀ ਬੈਨ ਹੈ ਉੱਥੇ ਕੋਈ ਵੀ ਨਹੀਂ ਜਾ ਸਕਦਾ ਇਹ ਇਸ ਤਰ੍ਹਾਂ ਦੇ ਕੰਮ ਕਰਾਏ ਜਾਂਦੇ ਸੀ ਜਿਹੜਾ ਖੋਪਾ ਹੈ ਨਾ ਇੱਥੇ ਇਹ ਦੇੜੇ ਪਏ ਹੈ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਕਿ ਰੱਸੀ ਬਣਵਾਈ ਜਾਂਦੀ ਸੀ ਇਹਦੇ ਵਿੱਚੋਂ ਤੋੜ ਕੇ ਆਹ ਚੀਜ਼ ਨਿਕਲ ਆਉਂਦੀ ਸੀਗੀ ਅਤੇ ਇਹਦੀ ਰੱਸੀ ਵਟਾਈ ਜਾਂਦੀ ਸੀ ਇਹੋ ਜਿਹੇ ਕੰਮ ਇੱਥੇ ਕਰਾਏ ਜਾਂਦੇ ਸੀਗੇ ਜਿਹੜਾ ਖਾਲ ਜਾਂ ਨਾ ਮੈਨੂੰ ਲੱਗਦਾ ਇੱਥੇ ਪੁਰਾਣੇ ਟਾਈਮ 'ਚ ਪਾਣੀ ਆਉਂਦਾ ਹੋਊਗਾ ਅਤੇ ਇਹ ਦੇਖੋ ਕਿੱਡਾ ਸੋਹਣਾ ਹੋਇਆ ਪਿਆਗਾ ਅਤੇ ਕਿਉਂਕਿ ਨਾ ਮੌਨਸੂਨ ਮਤਲਬ ਮੀਂਹ ਇੱਥੇ ਜ਼ਿਆਦਾ ਪੈਂਦੇ ਆ ਤਾਂ ਕਰਕੇ ਸਾਰੇ ਹਰੇ ਬਾਈ ਜੰਮ ਜਾਂਦੀ ਹੈਗੀ ਅੰਡੇਮਾਨ ਦੇ ਟੂਰ ਨੂੰ ਜਿਹੜੀਆਂ ਚੀਜ਼ਾਂ ਜ਼ਿਆਦਾ ਖਰਾਬ ਕਰਦੀਆਂ ਉਹ ਹੈਗਾ ਇੱਥੋਂ ਦਾ ਵੈਦਰ ਜਿਹਨੂੰ ਗੂਗਲ ਵੀ ਨਹੀਂ ਜਸਟੀਫਾਈ ਕਰ ਸਕਦਾ ਮਤਲਬ ਇੱਥੇ 7-8 ਮਹੀਨੇ ਪੂਰੀ ਬਾਰਿਸ਼ ਹੁੰਦੀ ਰਹਿੰਦੀ ਹੈ ਇੱਕ ਟਾਈਮ ਧੁੱਪ ਦੂਜੇ ਟਾਈਮ ਬਾਰਿਸ਼ ਹੋ ਜਾਂਦੀ ਹੈ ਗੂਗਲ ਪਤਾ ਇਹਨੂੰ ਕਿਉਂ ਨਹੀਂ ਜਸਟੀਫਾਈ ਕਰ ਸਕਦਾ ਕਿਉਂਕਿ ਜਿਹੜਾ ਇੱਥੋਂ ਦਾ ਮੌਸਮ ਹੈ ਉਹ 1 ਮਿੰਟ 'ਚ ਹੀ ਮਤਲਬ ਧੁੱਪ ਵਾਲਾ ਹੋ ਜਾਂਦਾ 1 ਮਿੰਟ 'ਚ ਹੀ ਮੀਂਹ ਪੈ ਜਾਂਦਾ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਧੁੱਪ ਨਿਕਲ ਕੇ ਕਦੋਂ ਬਾਰਿਸ਼ ਹੋ ਗਈ ਅਤੇ ਵੀ ਕਦੇ ਕਦੇ ਤਾਂ ਇੰਨਾ ਬੁਰਾ ਹਾਲ ਹੋ ਜਾਂਦਾ ਵੀ ਲਗਾਤਾਰ 7-7 ਦਿਨ ਮੀਂਹ ਪੈਂਦੇ ਨੇ ਤੁਸੀਂ ਸੋਚੋ ਜੇ ਤੁਸੀਂ 7 ਦਿਨ ਦੇ ਇੱਥੇ ਟ੍ਰਿਪ 'ਤੇ ਆਏ ਹੋ ਅਤੇ 7 ਦਿਨ ਤੁਹਾਡੇ ਮੀਂਹ 'ਚ ਲੰਘ ਜਾਣ ਫਿਰ ਤੁਹਾਨੂੰ ਕੀ ਫੀਲ ਹੋਊਗਾ ਨਾ ਇੰਨੇ ਪੈਸੇ ਲਾ ਕੇ ਆਪਾਂ ਇੰਨੀ ਦੂਰੋਂ ਇੱਥੇ ਅੰਡੇਮਾਨ ਆਉਂਦੇ ਹਾਂ ਅਤੇ ਜਿਹੜਾ ਬਾਕੀ ਆ ਇੱਥੇ ਕੁਛ ਹੋਰ ਤੁਸੀਂ ਚੈੱਕ ਵੀ ਨਹੀਂ ਕਰ ਸਕਦੇ ਭਰੋਸਾ ਵੀ ਨਹੀਂ ਕਰ ਸਕਦੇ ਜਾਂ ਇਹ ਹੈ ਵੀ ਤੁਸੀਂ ਜਨਵਰੀ ਜਾਂ ਫਰਵਰੀ 'ਚ ਪਲਾਨ ਕਰੋ ਉਦੋਂ ਮੀਂਹ ਘੱਟ ਪੈਂਦੇ ਆ ਉਹਨਾਂ ਦਿਨਾਂ 'ਚ ਬਾਕੀ 8 ਮਹੀਨੇ ਤਾਂ ਰੱਬ ਦਾ ਨਾਂ ਹੀ ਆ ਹੁਣ ਅਸੀਂ ਪਹੁੰਚ ਗਏ ਹਾਂ ਇਹ ਆਈਲੈਂਡ ਦੇ ਮਤਲਬ ਇਹ ਟਾਪੂ 'ਤੇ ਬਿਲਕੁਲ ਆਖਰ 'ਤੇ
ਤੇ ਇਦੋਂ ਬਾਅਦ ਜਿਹੜਾ ਥੱਲੇ ਲਾਈਟ ਹਾਊਸ ਹੈ ਥੱਲੇ ਤੱਕ ਜਾ ਸਕਦੇ ਹਾਂ ਸਮੁੰਦਰ ਕੰਢੇ, ਅਤੇ ਇੱਥੇ ਆ ਕੇ ਇਹ ਜਿਹੜਾ ਟਾਪੂ ਆ ਖਤਮ ਹੋ ਜਾਂਦਾ। ਇਹ ਬਹੁਤਾ ਲੰਬਾ ਨਹੀਂ, ਜਿਵੇਂ ਤੁਹਾਨੂੰ ਦੱਸਿਆ 1.5 ਕਿਲੋਮੀਟਰ ਲੰਬਾ ਹੈਗਾ। ਇਹ ਲਿਖਿਆ ਹੈਗਾ ਦੀ ਲੋਅਰ ਸੇਲਰ, ਇਹ ਜਹਾਜ਼ ਉਜੇ ਰੋਕਣ ਲਈ ਪੁਰਾਣੇ ਟਾਈਮ ਦਾ ਇੱਥੇ ਪਿਆ ਹੋਣਾ। ਸਾਹਮਣੇ ਵਾਲੇ ਪਾਸੇ ਲਾਈਟ ਹਾਊਸ ਦਿਖਣਾ ਸ਼ੁਰੂ ਹੋ ਗਿਆ, ਅਤੇ ਤੁਸੀਂ ਐਂ ਦੇਖੋ ਯਾਰ ਪਾਣੀ ਕਿੰਨਾ ਸਾਫ਼ ਹੈ, ਉੱਪਰੋਂ ਦਿਖ ਰਿਹਾ ਨਾ ਕ੍ਰਿਸਟਲ ਕਲੀਅਰ ਹੈ। ਅਤੇ ਜਿਹੜੇ ਆਉਣ ਵਾਲੇ ਆਪਣੇ ਵਲੋਗ ਹੋਣਗੇ, ਹਜੇ ਤਾਂ ਆਪਣੇ ਹਿਸਟੋਰੀਕਲ ਵਲੋਗਸ ਚੱਲ ਰਹੇ ਹੈ, ਅਤੇ ਇਸ ਤੋਂ ਬਾਅਦ ਜਿਹੜੇ ਵਲੋਗ ਆਉਣਗੇ ਨਾ ਉਹ ਆਪਾਂ ਅੰਡੇਮਾਨ ਨੂੰ ਐਕਸਪਲੋਰ ਕਰਾਂਗੇ ਅਤੇ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ। ਉਹਦੇ 'ਚ ਆਪਾਂ ਸਮੁੰਦਰ ਦੇ ਥੱਲੇ ਜਾਵਾਂਗੇ, 30 ਮੀਟਰ ਤੱਕ ਘੱਟੋ ਘੱਟ ਸਕੂਬਾ ਡਾਈਵਿੰਗ ਬੋਲ ਦਿੰਦੇ ਇਹਨੂੰ, ਜਿਹੜੀਆਂ ਤੁਸੀਂ ਪਹਿਲਾਂ ਦੇਖੀਆਂ ਮੱਛੀਆਂ ਦੇਖਦੇ ਹੁੰਦੇ ਆਪਾਂ ਸਮੁੰਦਰ ਜਾਂ ਨਾ ਥੱਲੇ ਤੱਕ ਜਾ ਕੇ ਜਿਹੜੇ ਕੋਰਲਸ ਹੁੰਦੇ ਉਹ ਦਿਖਦੇ ਹੁੰਦੇ, ਉਹ ਸਾਰਾ ਕੁਛ ਤੁਹਾਨੂੰ ਆਉਣ ਵਾਲੇ ਵਲੋਗ 'ਚ ਦੇਖਣ ਨੂੰ ਮਿਲ ਜੂਗਾ। ਸੋ ਜੁੜੇ ਰਹੋ ਤੁਸੀਂ ਆਪਣੇ ਇਹ ਸਫ਼ਰ ਨਾਲ ਅੰਡੇਮਾਨ ਨਿਕੋਬਾਰ ਨਾਲ, ਹਜੇ 5-7 ਵਲੋਗ ਹੋਰ ਆਉਣਗੇ। ਇਹ ਲਾਸਟ ਪੁਆਇੰਟ ਹੈਗਾ ਇਹ ਟਾਪੂ ਦਾ, ਅਤੇ ਨੌਰਥ ਬੇ ਹੁਣ ਆਪਾਂ ਨੂੰ ਸਾਹਮਣੇ ਦਿਖ ਰਿਹਾ, ਇਹ ਆਈਲੈਂਡ ਪੋਰਟ ਬਲੇਅਰ ਉਹ ਰਹਿ ਗਿਆ, ਜਿਹੜੇ ਕਾਲੇ ਪਾਣੀ ਦੀ ਜੇਲ੍ਹ ਕਹਿੰਦੇ ਜਿਹਨੂੰ, ਉਹ ਸਾਹਮਣੇ ਵਾਲੇ ਪਾਸੇ ਹੈਗੀ। ਅਤੇ ਆਪਾਂ ਐਂਡ ਪੁਆਇੰਟ ਤੱਕ ਜਾਣਾ, ਇਹਦੇ ਆਖਰੀ ਪੁਆਇੰਟ 'ਤੇ ਜਾ ਕੇ ਇੱਥੇ ਆਪਾਂ ਅੱਜ ਦਾ ਵਲੋਗ ਸਮਾਪਤ ਕਰਾਂਗੇ। ਇਸ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਤੁਹਾਡੇ ਕੋਲ ਵਲੋਗਸ ਆਉਂਦੇ ਰਹਿਣਗੇ, ਅਤੇ ਜੁੜੇ ਰਹੋ ਆਪਣੇ ਇਸ ਸਫ਼ਰ ਨਾਲ, ਤੁਹਾਡਾ ਬਹੁਤ ਸਾਰਾ ਪਿਆਰ ਹੈ। ਜਿਹੜਾ ਇਹ ਝੰਡਾ ਲੱਗਿਆ ਹੋਇਆ, ਇਹ ਲੱਗਿਆ ਹੋਇਆ ਕਮਾਂਡਰ ਇਨ ਚੀਫ ਅੰਡੇਮਾਨ ਨਿਕੋਬਾਰ, ਆਰਮੀ ਦਾ ਨਾ ਹੋਵੇ ਸ਼ਾਇਦ ਆਈਲੈਂਡ 'ਤੇ, ਕਿਉਂਕਿ ਇਹ ਪਹਿਲਾਂ ਨੇਵੀ ਦੇ ਅੰਡਰ ਸੀ ਜਿਵੇਂ ਤੁਹਾਨੂੰ ਦੱਸਿਆ ਹੈਗਾ। ਹੁਣ ਇਹ ਹੈਂਡ ਓਵਰ ਕੀਤਾ ਹੈਗਾ ਜਿੰਨੇ ਵੀ ਇੱਥੇ ਅੰਡੇਮਾਨ ਦੀ ਗਵਰਨਮੈਂਟ ਆ ਉਹਨੂੰ। ਵੈਸੇ ਇਹਦਾ ਆਖਰੀ ਪੁਆਇੰਟ ਉਹ ਬਣਦਾ, ਜਿਹੜਾ ਬੰਦਾ ਉੱਥੇ ਜਾਣਾ ਚਾਹੁੰਦਾ ਹੋਵੇ ਇੱਥੋਂ ਤੁਰ ਕੇ ਉੱਥੇ ਤੱਕ ਵੀ ਜਾ ਸਕਦਾ, ਅਸੀਂ ਇਹ ਰਿਸਕ ਨਹੀਂ ਲੈਣਾ ਚਾਹੁੰਦੇ। ਆਪਣਾ ਅੱਜ ਦਾ ਵਲੋਗ ਜਿਹੜਾ ਇੱਕ ਟਾਪੂ ਦਿਖਾਇਆ ਤੁਹਾਨੂੰ ਜਿੱਥੇ ਜੇਲ੍ਹ ਹੋਇਆ ਕਰਦੀ ਸੀਗੀ ਸੈਲੂਲਰ ਜੇਲ੍ਹ ਤੋਂ ਪਹਿਲਾਂ, ਇਸ ਤੋਂ ਬਾਅਦ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸ਼ਾਇਦ 1-2 ਹਿਸਟੋਰੀਕਲ ਵਲੋਗਸ ਹੋਰ ਆਉਣਗੇ, ਅਤੇ ਉਸ ਤੋਂ ਬਾਅਦ ਅੰਡੇਮਾਨ ਦੀ ਖੂਬਸੂਰਤੀ ਖੁਸ਼ੀ ਨੂੰ ਬਹੁਤ ਐਕਸਾਈਟਮੈਂਟ ਹੈਗੀ ਸਮੁੰਦਰ ਦੇ ਥੱਲੇ ਜਾਣ ਦੀ। ਅਤੇ ਮੈਨੂੰ ਥੋੜ੍ਹਾ ਜਿਹਾ ਡਰ ਲੱਗ ਰਿਹਾ ਸੀ, ਪਰ ਹੁਣ ਮੈਂ ਥੋੜ੍ਹਾ ਜਿਹਾ ਕੰਫਰਟੇਬਲ ਹੋ ਗਿਆ, ਕਿਉਂਕਿ ਇੱਕ ਦਿਨ ਅਸੀਂ ਜਾ ਕੇ ਵੀ ਆਏ ਹਾਂ ਸਕੂਬਾ ਡਾਈਵਿੰਗ ਵਾਲਿਆਂ ਕੋਲ, ਅਤੇ ਉਹ ਕਹਿੰਦੇ ਕੋਈ, ਉਹਨਾਂ ਨੇ ਮੈਨੂੰ ਵੀਡੀਓਜ਼ ਦਿਖਾਈਆਂ, ਸਾਰਾ ਕੁਛ ਦਿਖਾਇਆ, ਨਾਲੇ ਉਹ ਪਹਿਲਾਂ ਟ੍ਰੇਨਿੰਗ ਦਿੰਦੇ ਆ ਪਾਣੀ 'ਚ ਉਤਾਰਨ ਤੋਂ ਪਹਿਲਾਂ। ਅਤੇ ਹੁਣ ਆਪਾਂ ਸਮੁੰਦਰ ਦੇ ਥੱਲੇ ਵੀ ਜਾਣਾ ਹੈਗਾ, ਜੇ ਤੁਹਾਨੂੰ ਉੱਪਰੋਂ ਅੰਡੇਮਾਨ ਦਿਖਾਉਣਾ ਤਾਂ ਸਮੁੰਦਰ ਦੇ ਥੱਲੋਂ ਵੀ ਦਿਖਾਉਣਾ। ਸੋ ਇੰਤਜ਼ਾਰ ਕਰਦੇ ਰਹੋ ਤੁਸੀਂ ਸਾਡੇ ਨਵੇਂ ਵਲੋਗਸ ਦਾ, ਸੋਹਣੀਆਂ ਸੋਹਣੀਆਂ ਥਾਵਾਂ ਤੁਹਾਨੂੰ ਅੰਡੇਮਾਨ ਤੋਂ ਦਿਖਾਉਂਦੇ ਰਹਾਂਗੇ। ਮਿਲਦੇ ਹਾਂ ਨਵੇਂ ਵਲੋਗ 'ਚ ਨਵੀਂ ਵੀਡੀਓ ਦੇ ਨਾਲ, ਹਮੇਸ਼ਾ ਦੀ ਤਰ੍ਹਾਂ ਬਾਏ ਬਾਏ।